ਸਫ਼ਰ ਕਿੱਦਾਂ ਦਾ ਰਿਹਾ ਜਲੰਧਰ ਤੋਂ ਮੁੰਬਈ ਦਾ? ਇੱਕ ਆਮ ਘਰ 'ਚ ਉੱਠ ਕੇ ਸੁਸ਼ਮਾ ਜੀ, ਸ਼ੁਰੂਆਤੀ ਦੌਰ ਦੇ ਵਿੱਚ ਤੁਹਾਡਾ ਜਿਹੜਾ ਇਹ ਕਿੱਦਾਂ ਸੋਚਿਆ ਕਿ ਅਸੀਂ ਇਸ ਲਾਈਨ ਵੱਲ ਨੂੰ ਜਾਣਾ? ਮੈਂ ਸਕੂਲੋਂ ਆ ਰਹੀ ਸੀ, ਮੇਰੇ ਪਤਾ ਨਹੀਂ ਕੀ ਦਿਮਾਗ 'ਚ ਆਇਆ, ਮੈਂ ਦੂਰਦਰਸ਼ਨ ਬਿਲਕੁਲ ਮੇਰੇ ਘਰ ਦੇ ਨਾਲ ਹੀ ਸੀ ਇੱਕਦਮ, ਬਸ ਆਉਂਦੇ ਆਉਂਦੇ ਆ ਬਸ ਬੈਗ ਲੈ ਕੇ ਸਿੱਧਾ ਦੂਰਦਰਸ਼ਨ 'ਚ ਚਲੀ ਗਈ। ਔਰ ਮੈਨੂੰ ਸਮਝ ਨਹੀਂ ਆਇਆ ਪਹਿਲਾਂ ਕਿ ਮੈਂ ਕੀ ਕਰਨਾ ਕੀ ਨਹੀਂ ਕਰਨਾ, ਕਿਉਂਕਿ ਸਕੂਲ 'ਚ ਪੜ੍ਹ ਰਹੀ ਸੀ ਉਦੋਂ, ਮੈਂ ਦੂਰਦਰਸ਼ਨ 'ਚ ਚਲ ਗਈ। ਉੱਥੇ ਵੀ ਉਦੋਂ ਦੂਰਦਰਸ਼ਨ ਆਇਆ ਸੀ ਨਵਾਂ ਨਵਾਂ ਜਲੰਧਰ ਦੂਰਦਰਸ਼ਨ, ਮਨ 'ਚ ਤਾਂ ਸੀ ਮੈਂ ਕੰਮ ਕਰੂੰਗੀ ਪਰ ਇੰਨੀ ਛੇਤੀ ਸ਼ੁਰੂ ਕਰੂੰਗੀ ਇਹ ਨਹੀਂ ਸੀ ਮੈਨੂੰ ਪਤਾ। CID ਦੇ ਵਿੱਚ ਵੀ ਕੰਮ ਕੀਤਾ ਤੁਸੀਂ, ਰਾਈਟ? CID 'ਚ ਵੀ ਕੰਮ ਕੀਤਾ, ਆਹਟ 'ਚ ਵੀ ਕੀਤਾ, ਸ਼ੀ ਕੁਛ ਹੈ, ਮਤਲਬ ਇਹ ਜਿਹੜੇ ਐਪੀਸੋਡਿਕ ਉਹ ਵੀ ਬਹੁਤ ਕੀਤੇ, ਅਤੇ ਰਨਿੰਗ ਅਤੇ ਮੈਂ ਹਮੇਸ਼ਾ ਰਨਿੰਗ ਹੀ ਸੀਰੀਅਲ ਕਰਦੀ ਹਾਂ ਕੁਛ, ਤਾਂ ਮੈਨੂੰ ਵੈਸੇ ਵੀ ਹਮੇਸ਼ਾ ਦੂਰਦਰਸ਼ਨ ਦੇ ਨਾਲ ਪਿਆਰ ਰਿਹਾ, ਜ਼ਿਆਦਾ ਕਰਕੇ TV ਦੇ ਨਾਲ ਪਿਆਰ ਰਿਹਾ। TV 'ਚ ਤੁਸੀਂ ਜ਼ਿਆਦਾ ਲੋਕਾਂ ਦੇ ਸਾਹਮਣੇ ਹੈ ਨਾ, ਘਰ ਘਰ 'ਚ ਪਹੁੰਚ ਸਕਦੇ, ਅੱਜ ਨਹੀਂ ਕੱਲ੍ਹ ਨਹੀਂ ਪਰਸੋਂ ਨਹੀਂ। ਅਤੇ ਮਨ ਅਤੀ ਸੁੰਦਰ ਹੁਣ ਮੈਂ ਇਹ ਕਰ ਰਹੀ ਹਾਂ ਜਿਹੜਾ ਸੀਰੀਅਲ ਜਨੂਨੀਅਤ ਤੋਂ ਬਾਅਦ ਮੈਂ ਮਨ ਅਤੀ ਸੁੰਦਰ ਜੁਆਇਨ ਕੀਤਾ, ਇਹ ਵੀ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ। ਤੁਸੀਂ ਦੱਸੋ ਸਫ਼ਰ ਦੇਵੀ ਹੋਣਾ ਨਾਲ ਕਿੱਦਾਂ ਦਾ ਰਿਹਾ ਤੁਹਾਡਾ? ਮੈਂ ਪੰਜਾਬੀ ਫਿਲਮਾਂ ਜਦੋਂ ਸੋਚਿਆ, ਮਨ ਵਿੱਚ ਸੋਚਿਆ ਜਦੋਂ ਦੇਵੀ ਜੀ ਦੇ ਨਾਲ ਮੇਰਾ ਕੰਟੈਕਟ ਹੋਇਆ, ਉਹਨਾਂ ਨੇ ਕਿਹਾ ਮੈਂ, ਉਹਨਾਂ ਨੇ ਡਾਇਰੈਕਟ ਮੈਨੂੰ ਮਤਲਬ ਸੈੱਟ 'ਤੇ ਹੀ ਬੁਲਾਇਆ, ਤਾਂ ਸੈੱਟ 'ਤੇ ਗਈ, ਉਹਨਾਂ ਦੇ ਨਾਲ ਕੰਮ ਕੀਤਾ, ਮੈਨੂੰ ਬਹੁਤ ਅੱਛਾ ਐਕਸਪੀਰੀਅੰਸ ਹੋਇਆ, ਇੱਕ ਫੈਮਿਲੀ ਵਰਗਾ ਮਾਹੌਲ ਹੈਗਾ ਉਹਨਾਂ ਦੇ ਨਾਲ ਸਾਡੇ ਘਰ ਦਾ। ਕੋਈ ਨਿੱਘੀ ਯਾਦ ਸੁਣਾਓ ਤੁਹਾਡੀ ਅਮਰੀਸ਼ ਪੁਰੀ ਸਾਹਿਬ ਨਾਲ, ਓਮ ਪੁਰੀ ਸਾਹਿਬ ਨਾਲ, ਦੂਜੇ ਮੇਹਰ ਮਿੱਤਲ ਜੀ ਨਾਲ। ਬਹੁਤ ਅੱਛੇ ਜੀ ਉਹ, ਉਹਨਾਂ ਦੇ ਨਾਲ ਕੰਮ ਕਰਕੇ ਵੀ ਬਹੁਤ ਮਜ਼ਾ ਆਇਆ। ਔਰ ਅਮਰੀਸ਼ ਜੀ ਦੇ ਨਾਲ ਤਾਂ ਮੈਂ ਤੁਹਾਨੂੰ ਐਕਸਪੀਰੀਅੰਸ ਆਪਣਾ ਦੱਸ ਹੀ ਚੁੱਕੀ ਹਾਂ ਕਿ ਉਹਨਾਂ ਨੇ ਇੰਨੇ ਵੱਡੇ ਆਰਟਿਸਟ ਹੋ ਕੇ ਸਾਹਮਣੇ ਆਪਣਾ ਇੰਟਰੋਡਕਸ਼ਨ ਮੈਨੂੰ ਦੇ ਰਹੇ, ਜਦ ਕਿ ਮੈਂ ਆਪਣਾ ਇੰਟਰੋਡਕਸ਼ਨ ਦੇ ਰਹੀ ਹਾਂ, ਉਹ ਨੂੰ ਆਪਣਾ ਦੇ ਰਹੇ ਸੀ। ਮੈਨੂੰ ਬਹੁਤ ਅੱਛਾ ਲੱਗਾ ਉਹਨਾਂ ਦੇ ਨਾਲ, ਕਾਦਰ ਖਾਨ ਜੀ, ਇੰਨੀ ਅੱਛੀ ਪਰਸਨੈਲਿਟੀ, ਉਹਨਾਂ ਦੇ ਨਾਲ ਇੱਕ ਲੰਬਾ ਸੀਰੀਅਲ ਮੈਂ ਕੀਤਾ ਸੀ ਹੱਸਣਾ ਮਾਤ, ਹੈ ਨਾ। ਮੈਨੀ ਮੈਨੀ ਹੈਪੀ ਰਿਟਲਸ ਆਫ ਦਾ ਡੇ, ਅੱਜ ਤੁਹਾਡਾ ਬਰਥਡੇ ਹੈਗਾ। ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਦਰਸ਼ਕੋ, ਮੈਂ ਤੁਹਾਡਾ ਗੁਰਲਾਲ ਹਾਜ਼ਰ ਪ੍ਰੋਗਰਾਮ ਓਪਨ ਪਲੈਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ। ਤੁਸੀਂ ਦੇਖ ਰਹੇ ਹੋ ਜਸ TV, ਹੱਕ ਸੱਚ ਅਤੇ ਆਵਾਮ ਦੀ ਆਵਾਜ਼। ਦਰਸ਼ਕੋ, ਕਬੱਡੀਆਂ, ਤੀਆਂ, ਮੇਲੇ ਸਭ ਚੱਲ ਰਿਹਾ, ਕਿਤੇ ਵੀ ਸਾਡੀ ਕੋਈ ਸੇਵਾ ਦੀ ਲੋੜ ਹੈ, ਨਗਰ ਕੀਰਤਨ ਚੱਲ ਰਹੇ ਨੇ, ਤਾਂ ਜ਼ਰੂਰ ਕੰਟੈਕਟ ਕਰੋ 4084063309 ਜਾਂ ਫਿਰ gurlal@justbroadcasting.com। ਨਵੇਕਲਾ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਦਰਸ਼ਕੋ, ਕਹਿੰਦੇ ਹੁੰਦੇ ਨਿਕੰਮੇ ਹੁੰਦੇ ਆ ਬੰਦੇ ਜਿਹੜੇ ਬੈਠ ਕੇ ਕਰਨ, ਗਿਲਾ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ। ਇੱਕ ਤੁਸੀਂ ਬਿਲੀਵ ਵੀ ਨਹੀਂ ਕਰੋਗੇ ਕਿ ਇੱਕ ਤੁਸੀਂ ਸਾਰਿਆਂ ਨੇ ਪਿਛਲੇ ਕੋਈ 30 ਸਾਲਾਂ ਤੋਂ 35 ਸਾਲਾਂ ਤੋਂ ਇਹ ਚੀਜ਼ਾਂ ਦੇਖੀਆਂ ਹੋਣਗੀਆਂ ਕਿ ਜਿਸ ਮਾਣਮਤੀ ਸ਼ਖਸੀਅਤ ਨੂੰ ਮੈਂ ਤੁਹਾਡੇ ਰੂਬਰੂ ਕਰਨਾ ਕਿ ਉਹ ਓਰਿਜਨਲੀ ਪੰਜਾਬ ਨਾਲ ਬਿਲੋਂਗ ਕਰਦੇ, ਜਲੰਧਰ ਨਾਲ। ਚਲੋ ਹੋਰ ਮੈਂ ਡਿਟੇਲ ਨਹੀਂ ਦੱਸੂੰਗਾ, ਪ੍ਰਾਈਵੇਸੀ ਇਸ਼ੂ ਹੈ, ਪਰ ਇਸ ਪੰਜਾਬ ਦੀ ਧੀ ਆ, ਹੁਣ ਭੈਣ ਜੀ ਕਹੂੰਗਾ ਵੀ ਕਿੱਥੋਂ ਪੰਜਾਬ ਜਲੰਧਰ ਦੂਰਦਰਸ਼ਨ ਤੋਂ ਸ਼ੁਰੂ ਕੀਤਾ, ਕਲਾਸੀਕਲ ਸ਼ੁਰੂ ਕੀਤਾ, ਅਤੇ ਅੱਜ ਹਿੰਦੀ ਫਿਲਮਾਂ, ਪੰਜਾਬੀ ਫਿਲਮਾਂ ਦੇ ਵਿੱਚ ਆਪਣੀ ਪੂਰੀ ਤੱਕ ਜਮਾਈ ਹੋਈ ਹੈ। ਔਰ ਕਿੰਨੇ TV ਸੀਰੀਅਲ 'ਚ ਮੈਂ ਜੇ ਗੱਲ ਕਰਾਂ ਤਾਂ, ਪੁਰਾਣੀਆਂ ਫਿਲਮਾਂ ਦੀ ਗੱਲ ਕਰਾਂ ਤਾਂ ਅਨਮੋਲ, ਐਲਾਨ, ਉਸ ਤੋਂ ਬਾਅਦ ਯੂਨੋ ਬਥੇਰੀਆਂ ਫਿਲਮਾਂ ਹੋਰ ਨੇ। ਸੀਰੀਅਲ ਦੀ ਗੱਲ ਕਰੀਏ ਤਾਂ ਆਰਜੂ ਹੈ ਤੂੰ ਮੇਰੀ, ਔਰ ਗਿੱਲੀ ਡੰਡਾ, CID ਬਹੁਤ ਨੇ, ਜਿੱਦਾਂ ਯੂਨੋ ਟਿੰਕੂ ਕੀ ਦੁਲਹਨੀਆਂ ਆਉਂਦੇ, ਸਾਰੀਆਂ ਗੱਲਾਂ ਆਪਾਂ ਇਹਨਾਂ ਨਾਲ ਕਰਾਂਗੇ। ਪਰ ਦੇਖਣ 'ਤੇ ਮਾਣ ਵਾਲੀ ਗੱਲ ਇਹ ਹੈ ਕਿ ਇੱਕ ਆਮ ਘਰ ਤੋਂ ਉੱਠ ਕੇ, ਔਰ ਜਿਹੜੇ ਜ਼ਮਾਨੇ 'ਚ ਉੱਠਣਾ ਉਦੋਂ ਤਾਂ ਮੁੰਡੇ ਨੂੰ ਨਹੀਂ ਸੀ ਇਹਨਾਂ ਪਾਸੇ ਜਾਣ ਦਿੱਤਾ ਜਾਂਦਾ, ਉਸ ਟਾਈਮ ਉਹ ਕੁੜੀ ਹੋ ਕੇ ਕਿੱਥੇ ਤੱਕ ਪਹੁੰਚੀ ਹੋਇਆ, ਇਸ ਟਾਈਮ ਮੁੰਬਈ ਦੇ ਵਿੱਚ ਕਰੀਬ ਦਰਜਣਾ ਨਹੀਂ, ਮੇਰੇ ਖਿਆਲ ਤਾਂ ਇੱਕ ਸੈਂਕੜਿਆਂ ਨੂੰ ਹਿੱਟ ਕਰਨ ਵਾਲੀ ਟੋਟਲ, ਜੇ ਰਲਾਈਏ ਫਿਲਮਾਂ ਅਤੇ ਸੀਰੀਅਲਾਂ ਨੂੰ, ਤਾਂ ਮੇਰੇ ਖਿਆਲ ਇਹਦੇ ਉੱਪਰ ਵੀ ਗਿਣਤੀ ਹੋ ਸਕਦੀ ਹੈ। ਮੇਰੇ ਕਹਿਣ ਤੋਂ ਭਾਵ ਸੁਸ਼ਮਾ ਪ੍ਰਸ਼ਾਂਤ ਜਿਹੜੇ ਹੈਗੇ ਆਪਣੇ ਨਾਲ ਬਣੇ ਹੋਏ ਨੇ। ਸੁਸ਼ਮਾ ਜੀ, ਬਹੁਤ ਬਹੁਤ ਸਵਾਗਤ ਜੀ ਤੁਹਾਡਾ ਜਸ ਪੰਜਾਬੀ ਦੇ ਮੰਚ 'ਤੇ। ਬਹੁਤ ਬੜੀਆ, ਬਹੁਤ ਬੜੀਆ। ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ
ਸਫ਼ਰ ਕਿੱਦਾਂ ਦਾ ਰਿਹਾ ਜਲੰਧਰ ਤੋਂ ਮੁੰਬਈ ਦਾ? ਇੱਕ ਆਮ ਘਰ 'ਚ ਉੱਠ ਕੇ ਸੁਸ਼ਮਾ ਜੀ, ਮੈਂ ਬਹੁਤ ਦਰਸ਼ਕਾਂ ਨੂੰ ਇੱਕ ਵਾਰੀ ਕਲੀਅਰ ਕਰਦਾ ਕਿ ਹੈ ਸੁਸ਼ਮਾ ਵਰਮਾ, ਉਸ ਤੋਂ ਬਾਅਦ ਫਿਰ ਜਦੋਂ ਸ਼ਾਦੀ ਹੋ ਜਾਂਦੀ ਹੈ ਮਹਾਰਾਸ਼ਟਰੀਅਨ ਪਰਿਵਾਰ ਦੇ ਵਿੱਚ, ਫਿਰ ਸੁਸ਼ਮਾ ਪ੍ਰਸ਼ਾਂਤ ਦੇਸ਼ਪਾਂਡੇ ਬਣ ਜਾਂਦੇ ਨੇ। ਪਰ ਮੈਨੂੰ ਇਹ ਦੱਸੋ, ਸ਼ੁਰੂਆਤੀ ਦੌਰ ਦੇ ਵਿੱਚ ਤੁਹਾਡਾ ਜਿਹੜਾ ਇਹ ਕਿੱਦਾਂ ਸੋਚਿਆ ਕਿ ਅਸੀਂ ਇਸ ਲਾਈਨ ਵੱਲ ਨੂੰ ਜਾਣਾ? ਪਹਿਲਾਂ ਤੇ ਨਹੀਂ, ਮਤਲਬ ਬਚਪਨ ਚ ਤੇ ਆਪਾਂ ਸਕੂਲ ਜਾਈਦਾ ਪੜ੍ਹੀਦਾ ਹੈ ਨਾ, ਬਸ ਉਹ ਮਨ ਵਿੱਚ ਸੀ। ਇੱਕ ਦਿਨ ਅਚਾਨਕ ਆਪਣੇ ਆਪ ਹੀ ਮੈਂ ਸਕੂਲੋਂ ਆ ਰਹੀ ਸੀ, ਮੇਰੇ ਪਤਾ ਨੀ ਕੀ ਦਿਮਾਗ ਚ ਆਇਆ, ਮੈਂ ਦੂਰਦਰਸ਼ਨ ਬਿਲਕੁਲ ਮੇਰੇ ਘਰ ਦੇ ਨਾਲ ਹੀ ਸੀ ਇੱਕਦਮ। ਬਸ ਆਉਂਦੇ ਆਉਂਦੇ ਆ ਬਸ ਬਸਤਾ ਲੈ ਕੇ ਸਿੱਧਾ ਬੈਗ ਲੈ ਕੇ, ਬਸਤਾ ਹੀ ਕਹੀਦਾ ਸੀ ਉਦੋਂ, ਬੈਗ ਲੈ ਕੇ ਸਿੱਧਾ ਦੂਰਦਰਸ਼ਨ ਚ ਚਲੀ ਗਈ। ਔਰ ਮੈਨੂੰ ਸਮਝ ਨੀ ਆਇਆ ਪਹਿਲਾਂ ਕਿ ਮੈਂ ਕੀ ਕਰਨਾ ਕੀ ਨਹੀਂ ਕਰਨਾ, ਕਿਉਂਕਿ ਸਕੂਲ ਚ ਪੜ੍ਹ ਰਹੀ ਸੀ ਉਦੋਂ। ਮੈਂ ਦੂਰਦਰਸ਼ਨ ਚ ਚਲੀ ਗਈ, ਉੱਥੇ ਵੀ ਉਦੋਂ ਦੂਰਦਰਸ਼ਨ ਆਇਆ ਸੀ ਨਵਾਂ ਨਵਾਂ ਜਲੰਧਰ ਦੂਰਦਰਸ਼ਨ, ਉਹਨਾਂ ਨੂੰ ਵੀ ਬੱਚੇ ਵੱਡੇ ਮਤਲਬ ਹਰ ਤਰ੍ਹਾਂ ਦੀ ਹਰ ਕੈਟਾਗਰੀ ਦੇ ਆਰਟਿਸਟ ਚਾਹੀਦੇ ਸੀ ਏਜ ਦੇ। ਬਸ ਉੱਥੇ ਮੈਂ ਚਲੀ ਗਈ, ਜਾ ਕੇ ਆਡੀਸ਼ਨ ਦੇ ਦਿੱਤੀ, ਪਾਸ ਹੋ ਗਈ। ਏਦਾਂ ਮੈਂ ਕੁਛ ਸੋਚਿਆ ਨਹੀਂ ਸੀ, ਪਰ ਏਦਾਂ ਮੈਂ ਇੱਕ ਦਿਮਾਗ 'ਚ ਮੇਰੇ ਗੱਲ ਆਉਂਦੀ ਕਈ ਵਾਰੀ ਬਾਅਦ 'ਚ ਕਿ ਆਪਾਂ ਜ਼ਿੰਦਗੀ 'ਚ ਨਾ ਰਾਹਾਂ ਬਣਦੀਆਂ ਰਹਿੰਦੀਆਂ, ਆਪਣੇ ਆਪ ਪਰਮਾਤਮਾ ਰਾਹਾਂ ਬਣਾਉਂਦਾ ਜਾਂਦਾ ਹੈ, ਔਰ ਉੱਥੇ ਉੱਥੇ ਅਸੀਂ ਮਤਲਬ ਕਈ ਗੱਲਾਂ ਸੋਚੇ ਬਿਨਾਂ ਹੋ ਜਾਂਦੀਆਂ। ਪਰ ਮਨ 'ਚ ਤਾਂ ਸੀ ਮੈਂ ਕੰਮ ਕਰੂੰਗੀ, ਪਰ ਇੰਨੀ ਛੇਤੀ ਸ਼ੁਰੂ ਕਰੂੰਗੀ ਇਹ ਨਹੀਂ ਸੀ ਮੈਨੂੰ ਪਤਾ, ਬਚਪਨ 'ਚ ਸ਼ੁਰੂ ਕਰ ਦਿੱਤਾ ਸੀ। ਪਹਿਲਾਂ ਕੋਈ ਪਹਿਲੇ ਦਿਨਾਂ ਦਾ ਐਕਸਪੀਰੀਅੰਸ ਦੱਸੋ ਜਦੋਂ ਤੁਸੀਂ ਦੂਰਦਰਸ਼ਨ ਜਾਂਦੇ ਸੀ। ਆਈ ਨੋ ਕਿ ਤੁਸੀਂ ਕਲਾਸੀਕਲ ਤੋਂ ਸ਼ੁਰੂ, ਡਾਂਸ ਤੋਂ, ਉਸ ਤੋਂ ਬਾਅਦ ਉਹ ਉਹਨਾਂ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ, ਅਤੇ ਫਿਰ ਜਦੋਂ ਡਰਾਮਾ 'ਚ ਆਏ ਪਹਿਲਾਂ ਡਰਾਮਾ ਕਿਹੜਾ ਸੀਗਾ, ਅਤੇ ਫਿਰ ਉਸ ਤੋਂ ਬਾਅਦ ਸਾਨੂੰ ਇਹ ਦੱਸੋ ਕਿ ਹਿੰਦੀ ਡਰਾਮਾ ਪਹਿਲਾਂ ਕਿਹੜਾ ਸੀ ਅਤੇ ਹਿੰਦੀ ਫਿਲਮ ਕਿਹੜੀ ਸੀ? ਮੈਂ ਜਦੋਂ ਦੂਰਦਰਸ਼ਨ 'ਚ ਗਈ ਸੀ ਉਦੋਂ ਉਹਨਾਂ ਦੀ, ਜਿੱਦਣ ਮੈਂ ਆਡੀਸ਼ਨ ਦਿੱਤਾ ਉਸ ਤੋਂ ਦੂਸਰੇ ਦਿਨ ਬਾਅਦ ਇੱਕ ਸਕਿੱਟ ਸੀ LBW। ਉੱਥੇ ਮੈਨੂੰ ਸਰਦਾਰ ਜੀਤ ਬਾਵਾ ਜੀ ਮਿਲੇ, ਮੇਰੇ ਗੁਰੂ ਜੀ ਨੇ, ਉਹਨਾਂ ਦੇ ਕੋਲੋਂ ਮੈਂ ਬਹੁਤ ਕੁਛ ਸਿੱਖਣ ਦਾ ਮੌਕਾ ਮਿਲਿਆ ਮੈਨੂੰ। ਵੰਦਨਾ ਸ਼ਰਮਾ ਮੈਮ ਜੀ ਉੱਥੇ, ਉਹਨਾਂ ਨੇ ਮੇਰਾ ਆਡੀਸ਼ਨ ਲਿਆ, ਮੈਂ ਪਾਸ ਹੋ ਗਈ। ਫਿਰ ਦੂਸਰੇ ਦਿਨ ਮੈਂ ਉਹਨਾਂ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਘਰਦਿਆਂ ਦਾ ਰਿਸਪੋਂਸ ਥੋੜ੍ਹਾ ਜਿਹਾ ਮੈਂ ਤੁਹਾਨੂੰ ਨਾਲ ਹੀ ਦੱਸ ਦਿੰਦੀ ਹਾਂ। ਜਦੋਂ ਮੈਂ ਦੂਰਦਰਸ਼ਨ ਤੋਂ ਬਾਅਦ ਘਰ ਗਈ, ਉਹਨਾਂ ਨੂੰ ਮੈਂ ਦੱਸਿਆ ਕਿ ਮੈਂ ਇੱਦਾਂ, ਮੈਂ ਤੋਂ ਆਡੀਸ਼ਨ ਪਾਸ ਕਰਕੇ ਆ ਗਈ। ਉਹਨਾਂ ਨੂੰ ਮਤਲਬ ਇੱਦਾਂ, ਹਾਂ ਉਹਨਾਂ ਨੂੰ ਥੋੜ੍ਹਾ ਜਿਹਾ ਇੱਦਾਂ ਲੱਗਾ ਕਿ ਇਹ ਕਿਉਂ, ਕਿੱਦਾਂ, ਇਹ ਕੀ ਮਤਲਬ ਸਕੂਲੋਂ ਸਿੱਧਾ ਘਰ ਆਈਦਾ ਬੇਟਾ, ਇੱਧਰ ਉੱਧਰ ਨਹੀਂ ਜਾਈਦਾ। ਮਤਲਬ ਮੈਂ ਕਿਹਾ ਨਹੀਂ, ਮੈਂ ਡਰਾਮਿਆਂ 'ਚ ਕੰਮ ਕਰਨਾ, ਮੈਂ ਸੀਰੀਅਲ 'ਚ ਕੰਮ ਕਰਨਾ। ਤੇ ਪਹਿਲਾਂ ਮੇਰਾ LBW ਸਕਿੱਟ ਸੀ, ਮੈਂ ਬਚਪਨ 'ਚ ਕੰਮ ਸ਼ੁਰੂ ਕਰ ਦਿੱਤਾ ਸੀ। ਫਿਰ ਮੈਂ ਥੋੜ੍ਹੀ ਵੱਡੀ ਹੋਈ ਤੇ ਮੇਰਾ ਇੱਕ ਇੱਕ ਸੀਰੀਅਲ ਸੀ ਮੇਰਾ ਡਾਚੀ, ਮੇਨ ਉਹ ਮੇਰਾ ਡਾਚੀ ਸੀਰੀਅਲ ਸੀ। ਔਰ ਮੈਂ ਫਿਲਮਾਂ 'ਚ ਸ਼ੁਰੂ, ਬੰਬੇ ਤੋਂ ਆ ਕੇ ਮੈਂ ਜਦੋਂ ਫਿਲਮਾਂ ਸ਼ੁਰੂ ਕੀਤੀਆਂ ਤੇ ਮੈਂ ਤੁਹਾਡੀ ਤਿੰਨੋਂ ਮਤਲਬ ਉਹਦੇ ਕੁਐਸਚਨ ਦਾ ਜਵਾਬ ਦੇ ਰਹੀ ਹਾਂ। ਤੇ ਸਮਾਂ ਤੇ ਉਹਦੇ 'ਚ ਬਹੁਤ ਲੱਗਾ, ਪਰ ਮੈਂ ਕੱਲ ਕੀ ਆਵਾਜ਼ ਬੀਆ ਚੋਪੜਾ, ਮੇਰਾ ਇੱਕ ਨਾ ਮਤਲਬ ਮੋਟੀਵੇਸ਼ਨ, ਔਰ ਮੇਰਾ ਇੱਕ ਅੰਦਰ ਇਹੋ ਹੀ ਮੇਰੀ ਕੋਸ਼ਿਸ਼ ਰਹਿੰਦੀ ਸੀ ਕਿ ਮੈਂ ਨਾ ਸ਼ੁਰੂਆਤ ਵੱਡਿਆਂ ਤੋਂ ਕਰਾਂ, ਮਤਲਬ ਅਪਰ ਲੈਵਲ ਤੋਂ, ਕਿਉਂਕਿ ਅਪਰ ਲੈਵਲ ਤੋਂ ਸਟਾਰਟਿੰਗ ਕਰਕੇ ਤੁਸੀਂ ਸੀਰੀਅਲ 'ਚ ਬੜਾ ਆਰਾਮ ਨਾਲ ਆ ਸਕਦੇ ਹੋ। ਜਿੱਦਾਂ ਨਾ ਮੈਂ ਦੂਰਦਰਸ਼ਨ ਸਟਾਰਟ ਕੀਤਾ, ਥੀਏਟਰ ਵੀ ਕੀਤਾ, ਰੇਡੀਓ ਵੀ ਕੀਤਾ, ਫਿਰ ਉਸ ਤੋਂ ਬਾਅਦ ਪੜ੍ਹਦੇ ਪੜ੍ਹਦੇ ਨਾਲ ਕਲਾਸੀਕਲ ਡਾਂਸ ਮੇਰਾ ਸਬਜੈਕਟ ਸੀ, ਉਹਦੇ 'ਚ ਮੈਂ MA ਵੀ ਕੀਤੀ। ਮਤਲਬ ਇਹ ਸਾਰਾ ਮੇਰਾ ਸਫ਼ਰ ਚੱਲਦਾ ਰਿਹਾ ਨਾਲੋਂ ਨਾਲ, ਔਰ ਨਾਲੋਂ ਨਾਲ ਮੈਂ ਆਪਣੇ ਕੰਮ ਦੇ ਵਿੱਚ ਅੱਗੇ ਵੱਧਦੀ ਗਈ, ਥੀਏਟਰ ਕਰਦੀ ਗਈ ਨਾਲੇ, ਕਿਉਂਕਿ ਬਹੁਤ ਐਕਸਪੀਰੀਅੰਸ ਹੁੰਦਾ ਥੀਏਟਰ ਦੇ ਨਾਲ ਤੁਹਾਨੂੰ। ਫਿਰ ਨਾਲ ਦੂਰਦਰਸ਼ਨ ਦੇ ਸੀਰੀਅਲ ਵੀ ਕਰਦੀ ਗਈ, ਔਰ ਥੀਏਟਰ ਵੀ ਕਰਦੀ ਗਈ, ਰੇਡੀਓ ਵੀ ਕਰਦੀ ਗਈ। ਔਰ ਮੈਂ ਸਕੂਲ ਤੋਂ ਬਾਅਦ ਕਾਲਜ ਜਿਹੜਾ ਸੀ ਮੇਰਾ APJ ਕਾਲਜ ਆਫ ਫਾਈਨ ਆਰਟਸ, ਫਿਰ ਉੱਥੇ ਉਹਨਾਂ ਦੇ ਬਾਊਜੀ ਜਿਹੜੇ, ਜਿਹਨਾਂ ਨੂੰ ਅਸੀਂ ਸਾਡੇ ਪ੍ਰਿੰਸੀਪਲ ਸੀ ਉਹਨਾਂ ਨੂੰ ਬਾਊਜੀ ਕਹਿੰਦੇ ਸੀ, ਤੇ ਉਹਨਾਂ ਦੇ ਸਕੂਲ ਸੀ ਜਿਹੜੇ ਰਵਿੰਦਰਾ ਡੇ ਬੋਰਡਿੰਗ, ਔਰ ਇਹ ਸਕੂਲ ਸੀ ਉਹਨਾਂ ਦੇ, ਉਹ 'ਚ ਮੈਂ ਪਾਰਟ ਟਾਈਮ ਜੋਬ ਵੀ ਕਰਦੀ ਸੀ। ਜੀ 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 ਇੱਕ 2 ਘੰਟਾ ਜਾ ਕੇ ਬੱਚਿਆਂ ਨੂੰ ਸਿਖਾਉਣਾ, ਨਾਲ ਪੜ੍ਹ ਰਹੀ ਸੀ ਨਾਲ ਕਰ ਰਹੀ ਸੀ। ਮਤਲਬ ਇੱਕ ਮਿਹਨਤ, ਇੱਕ ਜਜ਼ਬਾ, ਇੱਕ ਵਿਹਲੇ ਬਹਿਣ ਦੀ ਮੈਨੂੰ ਆਦਤ ਨਹੀਂ ਸੀ, ਮੈਂ ਵਿਹਲੀ ਨਹੀਂ ਬੈਠ ਸਕਦੀ ਸੀ। ਮਤਲਬ ਮੈਨੂੰ
ਹਲੇ ਵੀ ਇਦਾਂ ਲੱਗਦਾ ਕਿ ਕੁਛ ਨਾ ਕੁਛ ਤਾਂ ਕਰਦੇ ਰਹਿਣਾ ਚਾਹੀਦਾ ਕੁਛ ਤਾਂ ਕੁਛ ਤਾਂ ਕਰਨਾ ਚਾਹੀਦਾ। ਮੇਰੀ ਵੀ ਆਦਤ ਸੇਮ ਹੈ, ਮੈਂ ਬੈਠ ਨਹੀਂ ਸਕਦਾ ਗਵਰਨਮੈਂਟ ਜਾਬ 'ਚ ਹਾਂ, ਪਰ ਆਹ ਸ਼ੌਂਕ ਸੀਗਾ ਕਰੀ ਜਾਂਦੇ ਹਾਂ ਅੱਗੇ ਵੀ ਸਕ੍ਰਿਪਟ 'ਚ ਵੀ ਗੱਲ ਚੱਲਦੇ, ਚਲੋ ਬਾਅਦ ਦੀਆਂ ਗੱਲਾਂ ਨੇ। ਸੁਸ਼ਮਾ ਜੀ ਮੈਨੂੰ ਨਾ ਜਿੱਦਾਂ ਹੁਣ ਇੱਕ ਗੱਲ ਦੱਸੋ ਕਿ ਦੇਖੋ ਹੁਣ ਕਿੰਨੀ ਸੋਹਣੀ ਪੰਜਾਬੀ ਬੋਲ ਰਹੇ ਹੋ, ਪਿਓਰ ਪੰਜਾਬੀ ਬੋਲ ਰਹੇ ਹੋ, ਅਤੇ ਕਿੱਥੇ ਇੱਕ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ, ਅਤੇ ਅੱਜ ਕੱਲ੍ਹ ਚਲੋ ਮੁੰਬਈ ਗਏ, ਚਲੋ ਸ਼ਾਦੀ ਵੀ ਤੁਹਾਡੀ ਉਸ ਮਹਾਰਾਸ਼ਟਰੀਅਨ ਪਰਿਵਾਰ 'ਚ ਹੋ ਗਈ, ਅਤੇ ਇੱਕ ਸਰ੍ਹੋਂ ਦੇ ਸਾਗ ਤੋਂ ਕਿੱਦਾਂ ਚੱਲ ਰਹੀ ਵਰਣ ਬਾਤ ਅਤੇ ਬੜਾ ਪਾਵ ਅਤੇ ਸਭ ਕੁਛ ਮਿਕਸਚਰ ਕਿੱਦਾਂ ਚੱਲ ਰਿਹਾ ਸਾਰਾ ਕੁਛ? ਇਹ ਵੀ ਤਕਦੀਰੀ ਦੀ ਗੱਲ ਹੈ। ਵੈਸੇ ਵਰਣ ਬਾਤ ਵੀ ਹੁਣ ਬਹੁਤ ਅੱਛਾ ਲੱਗ ਰਿਹਾ, ਕਿਉਂਕਿ ਜਦੋਂ ਤੁਸੀਂ ਕੁਛ ਚੀਜ਼ਾਂ ਐਕਸੈਪਟ ਕਰਦੇ ਹੋ ਆਪਣੀ ਲਾਈਫ 'ਚ ਅੱਗੇ ਵਧਣ ਵਾਸਤੇ ਜਾਂ ਆਪਣੀ ਜ਼ਿੰਦਗੀ ਵਾਸਤੇ, ਤੇ ਜੋ ਜਿਹੜੇ ਤੇ ਨੈਗੇਟਿਵ ਕੁਐਸਚਨ ਹੁੰਦੇ ਉਹਨਾਂ ਨੂੰ ਸਾਈਡ ਤੇ ਕਰਦੇ ਰਹਿਣਾ ਚਾਹੀਦਾ, ਜਿਹੜੇ ਪੋਜ਼ਿਟਿਵ ਹੁੰਦੇ ਉਹਨਾਂ ਨੂੰ ਅਪਣਾਉਂਦੇ ਰਹਿਣਾ ਚਾਹੀਦਾ, ਤੇ ਫਿਰ ਜ਼ਿੰਦਗੀ ਅੱਗੇ ਅੱਗੇ ਆਰਾਮ ਦੇ ਨਾਲ ਚੱਲਦੀ। ਮੈਨੂੰ ਵਰਣ ਬਾਤ ਵੀ ਉਹਨਾਂ ਹੀ ਸਵਾਦ ਲੱਗਦਾ ਜਿੰਨਾ ਮੈਨੂੰ ਸਾਗ ਸਰਸੋਂ ਦਾ ਸਾਗ ਤੇ ਮੱਕੀ ਦੀ ਰੋਟੀ ਸਵਾਦ ਲੱਗਦੀ ਸੀ। ਹਾਂਜੀ ਹਾਂਜੀ, ਤੁਸੀਂ ਨਾ ਮਾੜਾ ਡੀਟੇਲ 'ਚ, ਕਿਉਂਕਿ ਨਿਊ ਕਾਮਰਸ ਖਾਸ ਕਰਕੇ ਕੁੜੀਆਂ ਨੂੰ ਕੋਈ ਚੀਜ਼ ਸਿੱਖਣ ਨੂੰ ਮਿਲੂਗੀ, ਆਪਾਂ ਬ੍ਰੇਕ ਤੋਂ ਪਹਿਲਾਂ ਆਪਣੇ ਕੋਲ 2-3 ਮਿੰਟ ਹੈਗੇ ਆ, ਕਿ ਉਹ ਟਾਈਮਾਂ ਦੇ ਵਿੱਚ ਸੁਸ਼ਮਾ ਜੀ ਇੱਕ ਜੇ ਤੁਸੀਂ ਧਰਮ ਜੀ ਦੀ ਸਟੋਰੀ ਪੜ੍ਹੋ ਤਾਂ ਉਹਨਾਂ ਨੂੰ ਮਨਾ ਕਰ ਦਿੱਤਾ ਜਾਂਦਾ ਸੀ ਉਹਨਾਂ ਦੇ ਫਾਦਰ ਸਾਹਿਬ ਵੱਲੋਂ ਕਿ ਤੂੰ ਕਿੱਥੇ ਕਿਹੜੇ ਕੰਮਾਂ 'ਚ ਪਿਆ ਹੋਇਆ, ਉਹ ਵਰਡ ਨਹੀਂ ਆਪਾਂ ਯੂਜ਼ ਕਰਦੇ ਚੰਗਾ ਲੱਗਦਾ, ਅਤੇ ਉਹਨਾਂ ਟਾਈਮ ਹੁਣ ਮੈਂ ਨਹੀਂ ਕਹਿੰਦਾ ਵੀ ਤੁਹਾਡੀ ਉਮਰ ਦੀ ਕੋਈ ਗੱਲ ਨਹੀਂ, ਪਰ ਕਾਫੀ ਲੰਮਾ ਅਰਸਾ ਹੋ ਗਿਆ ਦੂਰਦਰਸ਼ਨ ਸ਼ੁਰੂ ਹੋਇਆ, ਹੁਣ ਤਾਂ ਵਿਚਾਰਾ ਉੱਥੋਂ ਪ੍ਰੋਗਰਾਮ ਵੀ ਬੰਦ ਕਰ ਦਿੱਤੇ ਗਏ ਆ। ਉਹਨਾਂ ਟਾਈਮਾਂ ਦੇ ਵਿੱਚ ਇੱਕ ਕੁੜੀ ਹੋ ਕੇ ਇਹਨਾਂ ਕੰਮਾਂ ਵੱਲ ਜਾਣਾ, ਪੇਰੈਂਟਸ ਵੱਲੋਂ, ਦੇਖੋ ਪੇਰੈਂਟਸ ਵੱਲੋਂ ਕੋਈ ਇੱਦਾਂ ਦੀ ਹੋਵੇ ਵੀ ਨਹੀਂ ਆਹ ਕੰਮ ਨਹੀਂ ਕਰਨਾ? ਨਹੀਂ, ਉਹਨਾਂ ਐਕਚੁਅਲੀ ਪਤਾ ਕੀ, ਮੇਰੀ ਉਮਰ ਬਹੁਤ ਛੋਟੀ ਸੀ, 12-13 ਸਾਲ ਦੀ ਸੀ ਮੈਂ। ਉਹਨਾਂ ਨੂੰ ਇਹ ਡਰ, ਮਾਂ ਪਿਓ ਨੂੰ ਮਤਲਬ ਚਿੰਤਾ ਰਹਿੰਦੀ ਕਿ ਬੱਚਾ ਹੈ ਨਾ ਇਹ ਲਾਈਨ ਕਿਉਂ, ਉਹ ਲਾਈਨ ਕਿਉਂ, ਤੇ ਪਰ ਮੇਰੇ ਪਾਪਾ ਨੇ, ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਸੀ ਮੈਂ ਮਤਲਬ ਤੁਸੀਂ ਮੈਨੂੰ ਆਪਣਾ ਬੇਟਾ ਹੀ ਸਮਝੋ, ਬੇਟੀ ਨਾ ਸਮਝੋ, ਮੈਂ ਬੇਟਾ ਸਮਝ ਕੇ ਹੀ ਕਦੀ ਜ਼ਿੰਦਗੀ 'ਚ ਸਾਰੇ ਕੰਮ ਸਿੱਧੇ ਸਿੱਧੇ ਚੱਲਦੇ ਰਹਿਣਗੇ, ਮੈਨੂੰ ਕਰ ਲੈਣ ਦਿਓ ਕੰਮ। ਤੇ ਉਹਨਾਂ ਨੇ ਉਹ ਜ਼ਿਆਦਾ ਫੁਕੜਾ ਨਹੀਂ ਮੇਰੇ ਸਾਹਮਣੇ ਆਈਆਂ, ਮੇਰੇ ਪਾਪਾ ਵੱਲੋਂ, ਮੇਰੇ ਮੰਮੀ ਵੱਲੋਂ। ਮੰਮੀ ਤੇ ਚਾਹੁੰਦੇ ਹੀ ਸੀ ਕਿ ਮੈਂ ਕਰਾਂ ਕੰਮ, ਪਤਾ ਨਹੀਂ ਮੰਮੀ ਦੇ ਮਨ 'ਚ ਸੀ ਕੁਛ, ਮੰਮੀ ਕਹਿ ਰਹੇ ਸੀ ਤੂੰ ਕਰ ਤੂੰ ਕਰ ਮੇਰੇ ਝਾਈ ਜੀ। ਤੇ ਬਾਊ ਜੀ ਨੇ ਵੀ ਜ਼ਿਆਦਾ ਨਾ ਨੁਕਰ ਨਹੀਂ ਕੀਤੀ। ਬਾਊ ਜੀ ਕਹਿੰਦੇ ਬੇਟਾ ਠੀਕ ਹੈ, ਮਤਲਬ ਉਹਦੇ ਵਿੱਚ ਰਹਿ ਕੇ ਆਪਣੇ ਹੈ ਨਾ ਦਾਇਰੇ 'ਚ ਰਹਿ ਕੇ ਹੈ ਨਾ ਅੱਛੇ ਤਰੀਕੇ ਨਾਲ ਤੁਸੀਂ ਕੰਮ ਕਰਦੇ ਜਾਓ, ਕੰਮ ਕੋਈ ਬੁਰਾ ਨਹੀਂ ਹੁੰਦਾ। ਉਸ ਟਾਈਮ ਵੀ ਮੇਰੇ ਪਾਪਾ ਨੇ ਕਿਹਾ ਕੰਮ ਕੋਈ ਬੁਰਾ ਨਹੀਂ ਹੁੰਦਾ। ਤੇ ਮੇਰੇ ਖਿਆਲ 79 'ਚ ਆਇਆ ਸੀ ਦੂਰਦਰਸ਼ਨ, ਜਲੰਧਰ ਦੂਰਦਰਸ਼ਨ ਜਦੋਂ ਓਪਨ ਹੋਇਆ ਸੀ, ਤੇ ਉਹਦੇ ਉਹ ਲੋਕ ਵੀ ਮੈਨੂੰ ਬਹੁਤ ਵਧੀਆ ਮਿਲੇ ਉੱਥੇ। ਉਹਨਾਂ ਨੇ ਵੀ ਬੇਟਾ ਬੇਟਾ ਕਰਕੇ ਬਹੁਤ ਅੱਛੇ ਤਰੀਕੇ ਦੇ ਨਾਲ ਉਹਨਾਂ ਨੇ ਮਤਲਬ ਮੈਨੂੰ ਗਾਈਡ ਕੀਤਾ। ਸਰਦਾਰ ਜੀ ਬਾਵਾ ਜੀ ਨੇ ਵੀ ਮੈਨੂੰ ਬਹੁਤ ਅੱਛੇ ਤਰੀਕੇ ਨਾਲ ਮੰਨਣਾ ਦੀ ਕਿ ਬੇਟਾ ਅਗਰ ਕਰਨਾ ਹੈ ਕੰਮ ਤੋਂ ਇੱਕਦਮ ਡੈਡੀਕੇਸ਼ਨ 'ਚ ਕਰਨਾ, ਅਗਰ ਲਾਈਨ ਪਕੜੋ ਤਾਂ ਛੋੜਨਾ ਨਹੀਂ। ਮੈਂ ਕਿਹਾ ਨਹੀਂ ਨਹੀਂ ਦੀਦੀ ਮੈਂ ਕੰਮ ਕਰਨਾ ਹੀ ਹੈ ਜਿੱਦਾਂ ਹੈ ਨਾ ਮਨ 'ਚ ਸੀ, ਪਰ ਮੈਨੂੰ ਜ਼ਿਆਦਾ ਕੋਈ ਔਕੜਾ ਨਹੀਂ ਆਈਆਂ। ਪਤਾ ਨਹੀਂ ਉੱਪਰ ਵਾਲਾ ਮੇਰੇ ਨਾਲ ਹੈ ਔਰ ਮੈਂ ਇਹ ਇਸੇ ਲਾਈਨ 'ਚ ਆਉਣਾ ਸੀ, ਤਾਂ ਉਹਨੇ ਵੀ ਮੇਰਾ ਭਰਪੂਰ ਸਾਥ ਦਿੱਤਾ ਉੱਪਰ ਵਾਲੇ ਨੇ ਤੇ ਮਾਂ ਬਾਪ ਦੀ ਆਸ਼ੀਰਵਾਦ, ਔਰ ਉਹਨਾਂ ਨੇ ਤੇ ਮੈਨੂੰ ਅਲੋਅ ਕਰ ਦਿੱਤਾ ਸੀ ਤੁਸੀਂ ਕਰੋ ਬੇਟਾ ਕੰਮ, ਕੋਈ ਗੱਲ। ਪਰ ਡੈਫੀਨੇਟਲੀ ਜੀ ਲੱਤਾਂ ਖਿੱਚਣ ਵਾਲੇ ਰਿਸ਼ਤੇਦਾਰ ਹੀ ਹੁੰਦੇ ਆਲੇ ਦੁਆਲੇ, ਜ਼ਰੂਰ ਕੁਛ ਨਾ ਕੁਛ ਤਾਂ ਤੁਸੀਂ ਡੀਲ ਕੀਤਾ ਹੀ ਹੋਊਗਾ। ਹਾਂਜੀ ਹਾਂਜੀ, ਦੇਖੋ ਪਤਾ ਕੀ, ਹੁਣ ਮੈਂ ਪਤਾ ਨਹੀਂ ਮੇਰੀਆਂ 25-30-40 ਇੰਟਰਵਿਊ ਹੋ ਚੁੱਕੀਆਂ। ਮੈਂ ਕਿਸੇ ਵਿੱਚ ਕਹਿ ਦਿੰਦੀ ਹਾਂ ਕਿਸੇ ਵੇਲੇ ਕਿ ਬਾਈ ਚਾਂਸ, ਕਿਉਂਕਿ ਆਸ ਪੜੋਸ ਔਰ ਜਿੰਨੀ ਕੁ ਟੈਨਸ਼ਨ ਆਸ ਪੜੋਸ ਨੂੰ ਵਾਲੀ ਜਾਂ ਰਿਸ਼ਤੇਦਾਰਾਂ ਨੂੰ ਹੋ ਜਾਂਦੀ ਵੈਸੇ ਕਈ ਵਾਰੀ, ਇਹ ਬਟ ਨੈਚੁਰਲ, ਉਹਨਾਂ ਦਾ ਕੋਈ ਕਸੂਰ ਨਹੀਂ ਵਿਚਾਰਿਆਂ ਦਾ।
ਨਾ ਨਾ ਚਲੋ ਆਪਾਂ ਉਹ ਗੱਲ ਨਹੀਂ ਕਰਦੇ ਮੈਡਮ, ਮੈਂ ਸਮਝ ਗਿਆ, ਉਹ ਗੱਲ ਨਹੀਂ ਕਰਦੇ, ਉਹ ਬਾਅਦ 'ਚ ਫਿਰ ਹੌਲੀ 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 ਉਹ ਹੀ ਕਹਿਣ ਲੱਗ ਜਾਂਦੇ ਸਾਡੀ ਭਤੀਜੀ ਸਾਡਾ ਭਾਣਜਾ ਜੇ ਵੋ, ਚਲੋ ਉਹ ਗੱਲ ਨਹੀਂ ਕਰਦੇ, ਛੱਡ ਦਿੰਦੇ ਹਾਂ। ਪਰ ਤੁਸੀਂ ਇੱਕ ਮੇਰੇ ਇੱਕ ਸਾਥੀ ਕਲਾਕਾਰ ਨੇ, ਫਿਲਮਾਂ ਮੇਰੀ ਉਮਰ ਦੇ ਹੋਣਗੇ ਭੈਣ ਜੀ, ਬੜੀ ਸਤਿਕਾਰਯੋਗ ਨੇ, ਅਤੇ ਫਿਲਮਾਂ ਪੰਜਾਬੀ ਕਰ ਚੁੱਕੇ ਨੇ, ਹਿੰਦੀ ਵੀ ਕਰ ਚੁੱਕੇ ਨੇ, ਅਤੇ ਬੜੇ ਸ਼ਾਦੀ ਹੋ ਗਈ, ਕੁੜੀਆਂ ਬੜੇ ਵੱਡੀਆਂ ਹੋ ਗਈਆਂ ਜੇ ਵੋ, ਅਤੇ ਉਹਨਾਂ ਨਾਲ ਮੈਂ ਅਕਸਰ ਗੱਲ ਕਰਦਾ ਰਹਿੰਦਾ ਹੁੰਦਾ, ਅਤੇ ਉਹ ਕਹਿੰਦੇ ਕਿ ਮੈਨੂੰ ਮੇਰੀ ਮੰਮੀ ਡੈਡੀ ਨੇ ਇੱਕੋ ਹੀ ਗੱਲ ਕਹੀ ਸੀਗੀ ਕਿ ਦੇਖ ਤੂੰ ਇੱਕ ਬੇਟੀ ਹੈ ਅਤੇ ਸਾਡੇ ਲਈ ਤੂੰ ਬੇਟਾ ਹੈ, ਪਰ ਬਾਹਰ ਦੁਨੀਆ ਦੀ ਨਿਗਾਹ 'ਚ ਤਾਂ ਤੂੰ ਇੱਕ ਕੁੜੀ ਹੈ ਨਾ, ਕੰਮ ਕਰੋ ਖੁੱਲ੍ਹ ਕੇ, ਰੱਜ ਕੇ ਇੱਜ਼ਤ ਕਰੋ, ਪਰ ਆਪਦੀ ਲਿਮਿਟ ਕ੍ਰਾਸ ਨਹੀਂ ਕਰਨੀ, ਆਪਦੇ ਦਾਇਰੇ ਦੇ ਵਿੱਚ ਰਹਿਣਾ, ਨਾ ਕਿਸੇ ਨੂੰ ਹੋਰ ਨੂੰ ਕਰਨ ਦੇਣੀ ਹੈ, ਠੀਕ ਹੈ ਨਾ। ਇੱਕ ਚੰਗਾ ਸੰਦੇਸ਼ ਕੁੜੀਆਂ ਵਾਸਤੇ ਸੀਗਾ, ਉਸ ਤੋਂ ਬਾਅਦ ਤੁਸੀਂ ਜੋ ਮਰਜ਼ੀ ਕਰੋ, ਜੇ ਤੁਹਾਨੂੰ ਪਤਾ ਕਿ ਤੁਸੀਂ ਤੁਹਾਡੇ ਦਾਇਰੇ ਕੀ ਹੈ, ਉਹ ਦਾਇਰੇ ਦੇ ਵਿੱਚ ਰਹੋ, ਉਹ ਤੁਹਾਡੇ ਟਾਈਮ ਵੀ ਆਹ ਕੁਛ ਹੁੰਦਾ ਹੋਊਗਾ, ਤਾਂ ਹੁਣ ਤਾਂ ਜੇ ਚਲੇ ਜਾਓ ਤਾਂ ਜਿਹੜੀਆਂ ਆਡੀਸ਼ਨ ਦੇਣ ਆਉਂਦੀਆਂ ਕੁੜੀਆਂ ਕੀ ਕੁਛ ਨਹੀਂ ਹੁੰਦਾ, ਆਪਾਂ ਉੱਧਰ ਨਹੀਂ ਜਾਂਦੇ, ਗੱਲ ਨੈਗੇਟਿਵਿਟੀ ਵੱਲ ਚਲੇ ਜਾਂਦੇ ਹਾਂ। ਆਪਾਂ ਤੁਹਾਡੇ ਨਾਟਕਾਂ ਦੀ ਗੱਲ ਕਰਾਂਗੇ, ਫਿਰ ਫਿਲਮਾਂ ਦੀ ਗੱਲ ਕਰਾਂਗੇ, ਕਾਦਰ ਖਾਨ ਸਾਹਿਬ ਨਾਲ, ਰਾਜ ਬੱਬਰ ਸਾਹਿਬ ਨਾਲ ਜਿਹੜੀਆਂ ਤੁਸੀਂ ਕੀਤੀਆਂ ਬੜੀਆਂ ਬਾਕਮਾਲ ਸੀਗੀਆਂ। ਆਪਾਂ ਗੱਲ ਕਰੀਏ ਤੁਹਾਡੀ, ਜਿਹੜੀ ਲੋਕਾਂ ਨੇ ਬਹੁਤ ਚੰਗੀ ਤਰ੍ਹਾਂ ਜਿਹੜਾ ਲਾਈਕ ਕੀਤਾ ਸੀਗਾ, ਮਨ ਅਤਿ ਸੁੰਦਰ, ਥੋੜ੍ਹਾ ਜਿਹਾ ਉਹਦੇ ਬਾਰੇ ਚਾਨਣਾ ਪਾਓਗੇ, ਦੋ ਤਿੰਨ ਡਰਾਮੇ ਜਿਹੜੇ ਲੋਕਾਂ ਨੇ ਰੀਅਲੀ ਲਾਈਕ ਕੀਤੇ, ਆਪਾਂ ਉਹਦੀ ਗੱਲ ਕਰਦੇ ਹਾਂ। ਹਾਂ, ਮੇਰਾ ਇੱਕ ਇਸ ਤੋਂ ਵੀ ਪਹਿਲਾਂ ਮੇਰਾ ਇੱਕ ਸੀਰੀਅਲ ਸੀ ਜਿਹੜਾ ਜਮਾਈ ਰਾਜਾ, ਜਮਾਈ ਰਾਜਾ ਉਸ ਤੋਂ ਪਹਿਲਾਂ ਸੀ ਕ੍ਰਿਸ਼ਨਾ ਬੈਨ ਠਾਕਰਾਵਾਲਾ, ਉਸ ਤੋਂ ਪਹਿਲਾਂ ਸ਼ਨੀ, ਉਹ ਰਵੀ ਨਾਲ ਸੀ, ਰਵੀ ਦੁਬੇ ਨਾਲ ਤੁਹਾਡਾ ਜਮਾਈ ਰਾਜਾ। ਹਾਂਜੀ, ਉਹਦੀ ਗੱਲ ਕਰਦੇ ਆ, ਉਹ ਲੋਕਾਂ ਨੇ ਉਹ ਵੀ ਬਹੁਤ, ਹਾਂਜੀ ਹਾਂਜੀ, ਉਹ ਲੋਕਾਂ ਨੇ ਰਵੀ ਦੁਬੇ ਸਰਗੁਣ ਮਹਿਤਾ, ਬੜੀ ਅੱਛੀ ਕੰਪਨੀ ਉਹਨਾਂ ਦੀ, ਬੜਾ ਅੱਛਾ ਕੰਮ ਹੈ ਉਹਨਾਂ ਦਾ। ਉਸ ਟਾਈਮ ਮੈਂ ਉਹਨਾਂ ਦੇ ਨਾਲ ਕੰਮ ਕਰ ਰਹੀ ਸੀ, ਮਤਲਬ ਉਹ ਮੇਨ ਲੀਡ ਸੀ, ਮੇਰੇ ਪੋਤੇ ਦਾ ਰੋਲ ਕਰ ਰਹੇ ਸੀ, ਤੇ ਉਹ ਸੀਰੀਅਲ ਵੀ ਮੇਰਾ ਬਹੁਤ ਪਸੰਦ ਕੀਤਾ ਗਿਆ ਸੀ। ਔਰ ਉਸ ਤੋਂ ਪਹਿਲਾਂ ਵੀ ਮੈਂ ਸਾਗਰ ਆਰਟਸ ਦੇ ਨਾਲ ਬਹੁਤ ਜ਼ਿਆਦਾ ਸੀਰੀਅਲ ਕੀਤੇ ਸੀ, ਤੇ ਛਨੀ ਦੇਵ ਮਹਾਰਾਜ ਔਰ ਕਰੁਣ ਅਰਜਨ, ਸਾਈ ਬਾਬਾ, ਸਾਈ ਬਾਬਾ ਜਿਹੜਾ ਪਹਿਲਾਂ ਸਾਈ ਬਾਬਾ ਆਇਆ ਸੀ, ਉਹਦੇ 'ਚ ਵੀ ਕੰਮ ਕੀਤਾ ਸੀ, ਤੇ ਕਾਫੀ ਉਹ ਵੀ ਮੇਰੇ ਪਾਪੂਲਰ ਸੀਰੀਅਲ ਹੋਏ ਸੀ। ਜਮਾਈ ਰਾਜਾ 'ਚ ਲੋਕਾਂ ਨੇ ਮੈਨੂੰ ਬਹੁਤ ਪਸੰਦ ਕੀਤਾ ਸੀ, ਫਨੀ ਜੀ ਦਾਦੀ ਸੀ ਜਿਹੜੀ ਆ ਕੇ ਸਾਰਾ ਕੁਛ ਕਰਵਾ ਰਹੀ ਹੈ, ਬਹੁਤ ਅੱਛਾ ਮਤਲਬ ਉਹ ਕਰੈਕਟਰ ਸੀ ਮੇਰਾ, ਉਹ 'ਚ ਮੈਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਉਸ ਤੋਂ ਬਾਅਦ ਜਨੂਨੀਅਤ ਮੇਰਾ ਆਇਆ, ਲੋਕਾਂ ਨੇ ਬੁਲਾਈ ਸੀ ਕਾਪੀ ਕਰਕੇ ਆਇਆ, ਹਾਂ ਜਨੂਨੀਅਤ ਕਲਰਸ 'ਤੇ ਸੀ, ਤੇ ਉਹ ਮੈਨੂੰ ਬਹੁਤ ਲੋਕਾਂ ਨੇ ਮੈਨੂੰ ਬਹੁਤ ਪਸੰਦ ਕੀਤਾ। ਇਹ ਜਿਹੜਾ ਤੁਸੀਂ ਦਿਖਾ ਰਹੇ ਹੋ ਨਾ ਕਾਦਰ ਜੀ ਦੇ ਨਾਲ, ਇਹ ਇੱਕ ਸੀਰੀਅਲ ਆਉਂਦਾ ਸੀ ਹੱਸਣਾ ਮਤ, ਸੀਰੀਅਲ ਆਉਂਦਾ ਸੀ ਹੱਸਣਾ ਮਤ, ਪਰ ਉਹ ਕਾਮੇਡੀ ਸੀ, ਬਿਲਕੁਲ ਕਾਮੇਡੀ ਸੀ ਉਹ, ਤੇ ਉਹ ਵੀ ਸੀਰੀਅਲ ਬਹੁਤ, ਹਾਂ ਲੋਕਾਂ ਨੇ ਪਸੰਦ ਕੀਤਾ ਸੀ ਉਹ ਵਾਲਾ ਸੀਰੀਅਲ ਵੀ ਉਸ ਟਾਈਮ। ਔਰ ਐਕਚੁਲੀ ਮੈਂ ਜ਼ਿਆਦਾ ਕਰਕੇ ਇਹ ਜਮਾਈ ਰਾਜਾ ਦੇ ਟਾਈਮ ਤੇ ਆਏ ਸੀ ਸਾਡੇ ਸੈੱਟ ਤੇ, ਤੇ ਉਹ ਪੰਕਜ ਜੀ ਦੇ ਨਾਲ ਵੀ ਮੈਂ ਇੱਕ ਸੀਰੀਅਲ ਆਉਂਦਾ ਸੀ, ਡਿਟੈਕਟਿਵ ਸੀਰੀਅਲ ਸੀ ਕੁਛ ਤੋਂ, ਨਹੀਂ ਪੰਕਜ ਜੀ ਦਾ ਸੀ, ਮੈਂ ਭੁੱਲ ਗਈ ਵੈਸੇ ਦਾ ਨਾਮ। ਸੀਆਈਡੀ ਚ ਵੀ ਤੁਸੀਂ ਕੰਮ ਕੀਤਾ ਵੈਸੇ ਤਾਂ, ਹੈ ਸੀਆਈਡੀ ਦੇ ਵਿੱਚ ਵੀ ਕੰਮ ਕੀਤਾ ਤੁਸੀਂ, ਰਾਈ CID ਚ ਵੀ ਕੰਮ ਕੀਤਾ, ਆਹਟ ਚ ਵੀ ਕੀਤਾ, ਸ਼ੀ ਕੁਛ ਹੈ, ਮਤਲਬ ਇਹ ਜਿਹੜੇ ਐਪੀਸੋਡਿਕ ਉਹ ਵੀ ਬਹੁਤ ਕੀਤੇ, ਤੇ ਰਨਿੰਗ ਤੇ ਮੈਂ ਹਮੇਸ਼ਾ ਰਨਿੰਗ ਹੀ ਸੀਰੀਅਲ ਕਰਦੀ ਹਾਂ, ਕਿਉਂਕਿ ਐਕਚੁਅਲੀ ਜਦੋਂ ਮੈਂ ਫਿਲਮ ਕਰਨ ਵਾਸਤੇ ਆਈ ਸੀ ਨਾ, ਉਦੋਂ ਦੂਰਦਰਸ਼ਨ ਮਤਲਬ ਇੱਕ ਚੈਨਲ ਸ਼ੁਰੂ ਹੋਇਆ ਸੀ ਜੀ ਸਭ ਤੋਂ ਪਹਿਲਾਂ, ਹਾਂ ਫਿਰ ਕੁਛ 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 ਚੀਜ਼ਾਂ ਆਪਾਂ ਨੂੰ ਹੈ ਨਾ, ਕੁਛ ਰੋਲ ਪਸੰਦ ਨਹੀਂ ਆਉਂਦੇ ਕਈ ਵਾਰੀ, ਕਿ ਕੁਛ ਆਪਾਂ ਕੰਮ ਕਰਨਾ ਹੀ ਨਹੀਂ ਚਾਹੁੰਦੇ, ਜਿੱਦਾਂ ਕੁਛ ਤਾਂ ਮੈਨੂੰ ਵੈਸੇ ਵੀ ਹਮੇਸ਼ਾ ਦੂਰਦਰਸ਼ਨ ਦੇ ਨਾਲ ਪਿਆਰ ਰਿਹਾ, ਜ਼ਿਆਦਾ ਕਰਕੇ ਟੀਵੀ ਦੇ ਨਾਲ ਪਿਆਰ ਰਿਹਾ, ਟੀਵੀ 'ਚ ਤੁਸੀਂ ਜ਼ਿਆਦਾ ਲੋਕਾਂ ਦੇ ਸਾਹਮਣੇ ਹੈ ਨਾ, ਘਰ ਘਰ 'ਚ ਪਹੁੰਚ ਸਕਦੇ, ਅੱਜ ਨਹੀਂ ਕੱਲ੍ਹ ਨਹੀਂ ਪਰਸੋਂ ਨਹੀਂ। ਅਤੇ ਮਨ ਅਤਿ ਸੁੰਦਰ ਹੁਣ ਮੈਂ ਇਹ ਕਰ ਰਹੀ ਹਾਂ ਜਿਹੜਾ ਸੀਰੀਅਲ, ਜਨੂਨੀਅਤ ਤੋਂ ਬਾਅਦ ਮੈਂ ਮਨ ਅਤਿ ਸੁੰਦਰ ਜੁਆਇਨ ਕੀਤਾ, ਇਹ ਵੀ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ, ਮੇਰਾ ਕਰੈਕਟਰ ਵੀ ਲੋਕ ਬਹੁਤ ਅੱਛਾ ਹੈ, ਇੱਕਦਮ ਦਬਾ ਦਾਦੀ, ਇੱਕਦਮ ਜੇ ਬੋਲ ਦਿੱਤਾ ਮਤਲਬ ਜੋ ਬੋਲਦੀ ਆ, ਜੋ ਕਹਿ ਦਿਆ ਸੋ ਜੋ ਬੋਲਦੀ ਆ ਸੋ ਕਹਿ ਦਿਆ,
ਹਾਂਜੀ ਹਾਂਜੀ ਸੁਸ਼ਮਾ ਜੀ, ਆਪਾਂ ਜੇ ਗੱਲ ਕਰੀਏ ਤੁਹਾਡੇ ਜਿਹੜੇ ਸੀਰੀਅਲਾਂ ਦੀ, ਹੁਣੀ ਤੁਸੀਂ ਗੱਲ ਕੀਤੀ ਰਵੀ ਦੁਬੇ ਸਰਗੁਣ ਦੇ ਹਸਬੈਂਡ ਜਿਹੜੇ, ਬੜੀ ਚੁਲਬੁਲੀ ਜੀ ਹੈ ਸਰਗੁਣ ਮਹਿਤਾ ਵੀ, ਪਰ ਜਮਾਈ ਰਾਜਾ ਤੁਸੀਂ ਉਹਨਾਂ ਨੇ ਕੀਤਾ, ਉੱਚੋ ਪੋਤੇ ਦਾ ਰੋਲ ਸੀਗਾ ਉਹਨਾਂ ਦਾ, ਅਤੇ ਹੁਣ ਤੁਸੀਂ ਕਰੰਟਲੀ ਇੱਕ ਪ੍ਰੋਜੈਕਟ 'ਤੇ ਕੰਮ ਕਰ ਰਹੇ ਹੋ ਉਹਦੇ ਨਾਲ, ਰਾਈਟ? ਅਤੇ ਉਸ ਟਾਈਮ ਦਾ ਅਤੇ ਉਸ ਟਾਈਮ ਦਾ ਕਿੰਨਾ ਕੁ ਫਰਕ ਨਜ਼ਰ ਆ ਰਿਹਾ ਸੁਭਾਅ ਦੇ ਵਿੱਚ ਅਤੇ ਹੋਰ ਹੋਰ ਗੱਲਾਂ 'ਚ? ਉਹ ਰਵੀ ਦੁਬੇ ਔਰ ਸਰਗੁਣ ਮਹਿਤਾ ਦਾ ਸੁਭਾਅ, ਮਤਲਬ ਉਹ ਇੰਨਾ ਡਾਊਨ ਟੂ ਅਰਥ ਲੜਕਾ ਹੈਗਾ ਹੈ। ਸਿਰਫ ਉਹ ਕਹਿਣ ਇੱਕ ਵਾਰੀ ਨਾ ਮੈਨੂੰ, ਤੇ ਮੈਂ ਉਹਨਾਂ ਦੇ ਨਾਲ ਉਹਨਾਂ ਦੇ ਸੀਰੀਅਲ ਵਾਸਤੇ ਜਾ ਚਲੇ ਜਾਂਦੀ, ਕਿਉਂਕਿ ਉਹ ਟਾਈਮ 'ਚ ਜੋ ਜਿੱਦਾਂ ਉਸ ਟਾਈਮ 'ਚ ਸੀ, ਉਹ ਰਵੀ ਦੁਬੇ ਔਰ ਸਰਗੁਣ ਵੀ ਆਉਂਦੀ ਸੀ ਸੈੱਟ 'ਤੇ, ਉੱਦਾਂ ਹੀ ਅੱਜ ਉਹਦੀ ਨੇਚਰ, ਅੱਜ ਵੀ ਉਹ ਪੈਰ ਛੂ ਕੇ ਹੀ ਬਿਜੀ, ਮਤਲਬ ਉਹਨੇ ਬੜੀ ਕੁਛ ਕਿਸੇ ਬਾਤ ਕੀ ਪ੍ਰੋਬਲਮ ਨਹੀਂ, ਮਤਲਬ ਬਹੁਤ ਜ਼ਿਆਦਾ ਧਿਆਨ ਰੱਖ, ਬਹੁਤ ਅੱਛਾ ਗਰੁੱਪ ਹੈ, ਬਹੁਤ ਹੀ ਅੱਛਾ ਗਰੁੱਪ ਹੈ। ਯਾਦ ਹੋਣਾ ਆਪਾਂ ਕੱਲ ਪਰਸੋਂ ਗੱਲ ਕਰ ਰਹੇ ਸੀਗੇ ਫੋਨ ਤੇ, ਜਦੋਂ ਆਪਣੀ ਗੱਲ ਕੱਲ ਪਰਸੋਂ ਦੀ ਗੱਲ ਹੈ, ਕੱਲ ਦੀ ਮੈਨੂੰ ਯਾਦ ਨਹੀਂ, ਤੁਸੀਂ ਕਿਹਾ ਕਿ ਮੈਂ ਸ਼ੂਟ ਤੇ ਜਾ ਰਹੀ ਹਾਂ ਤੇ ਮੈਂ ਕੁਛ ਹਲਕਾ ਫੁਲਕਾ ਆਪਦੇ ਲਈ ਬਣਾ ਰਹੀ ਹਾਂ ਖਾਣ ਪੀਣ ਵਾਸਤੇ, ਤੇ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਯਾਦ ਹੋਣਾ, ਮੈਂ ਕਿਹਾ ਵੀ ਚਲੋ ਮੈਨੂੰ ਨਹੀਂ ਪਤਾ ਹੁਣ ਜਿਹੜੇ ਹੋਰ ਪ੍ਰੋਡਿਊਸਰ ਆ ਡਾਇਰੈਕਟਰ ਆ, ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਸਾਡੇ ਲਈ ਸਤਿਕਾਰਯੋਗ ਨੇ, ਪਰ ਜਦੋਂ ਪ੍ਰੋਡਕਸ਼ਨ ਇਹਨਾਂ ਸਰਗੁਣ ਮਹਿਤਾ ਦੀ ਪ੍ਰੋਡਕਸ਼ਨ ਜਾਂ ਰਵੀ ਦੁਬੇ ਉਹਨਾਂ ਨਾਲ ਕੰਮ ਕਰੋ, ਉਹ ਇਹ ਨਹੀਂ ਉਹਨਾਂ ਦੀ ਪਿੱਠ ਸੁਣਦੀ, ਉਹ ਇਹ ਨਹੀਂ ਦੇਖਦੇ ਕਿ ਯਾਰ ਸਾਨੂੰ ਕਿੰਨੀ ਕੁ ਮਹਿੰਗਾ ਪੈ ਰਿਹਾ, ਕੀ ਕਿਹੜਾ ਕੋਈ ਫੂਡ ਖਾ ਰਿਹਾ ਜੀ, ਕਿੰਨੇ ਉਹ ਬਰਾਬਰ ਉੱਥੇ ਪਿਆ ਹੁੰਦਾ, ਤੁਸੀਂ ਖਾਣ ਵਾਲੇ ਬਣੋ, ਰਾਈਟ? ਮੰਨਦੇ ਹੋ ਇਸ ਗੱਲ ਤੋਂ? ਅਤੇ ਕੀ ਇੱਦਾਂ ਦੇ, ਇਹ ਤਾਂ ਹੁਣ ਨਵੇਂ ਆ, ਹੈ ਨਾ, ਪ੍ਰੋਡਕਸ਼ਨ ਨਵੀਂ ਆ, ਨਵੀਂ ਤਾਂ ਨਹੀਂ ਕਹਿ ਸਕਦੇ, 10-12 ਸਾਲ 15 ਸਾਲ ਹੋ ਗਏ ਇਹਨਾਂ ਨੂੰ ਕਰੀਬ ਕਰੀਬ, ਪਰ ਜਦੋਂ ਸ਼ੁਰੂਆਤ ਸ਼ੁਰੂ ਕੀਤਾ ਸੀ ਕਿ ਆਹ ਮਾਹੌਲ ਉਦੋਂ ਵੀ ਹੁੰਦਾ ਸੀ ਸੈੱਟ 'ਤੇ ਕਿ ਨਹੀਂ? ਕਿਸ ਤਰ੍ਹਾਂ ਦਾ? ਜਿਸ ਤਰ੍ਹਾਂ ਮਤਲਬ ਖਾਣ ਪੀਣ ਖੁੱਲ੍ਹਾ ਹੋਣਾ ਸੈੱਟ ਦੇ ਉੱਤੇ? ਹਾਂ ਨਹੀਂ, ਖੁੱਲ੍ਹਾ ਹੀ ਹੁੰਦਾ ਹੁਣ ਵੀ ਖਾਣ ਪੀਣ, ਨਹੀਂ ਨਹੀਂ ਸ਼ੁਰੂਆਤੀ ਦੌਰਾਂ 'ਚ, ਮੈਂ ਪੁੱਛ ਸ਼ੁਰੂਆਤੀ ਦੌਰ ਦੇ ਵਿੱਚ। ਹਾਂ ਸ਼ੁਰੂਆਤੀ ਦੌਰ ਤੇ ਵੀ ਸੀ। ਅੱਛਾ ਜੀ। ਆਰਟਿਸਟਾਂ ਦਾ ਪੂਰਾ ਧਿਆਨ ਰੱਖਿਆ ਜਾਂਦਾ ਸੀ ਉਦੋਂ ਵੀ, ਐਦਾਂ ਦੀ ਕੋਈ ਗੱਲ ਨਹੀਂ, ਹੁਣ ਚੀਜ਼ਾਂ ਵੱਧ ਗਈਆਂ ਨੇ ਹੁਣ, ਮਤਲਬ ਜਿੱਦਾਂ ਪਹਿਲੇ ਰੂਮਸ ਹੋਇਆ ਕਰਦੇ ਸੀ ਹੈ ਨਾ, ਹੁਣ ਅਮੈਨਿਟੀਆਂ ਵੀ ਆ ਗਈਆਂ ਕਈ ਵਾਰੀ, ਔਰ ਹਾਂ ਹੁਣ ਕੰਫਰਟੇਬਲ ਲੈਵਲ ਔਰ ਵੱਧ ਗਿਆ ਹੈ। ਉਸ ਟਾਈਮ ਦੇ ਹਿਸਾਬ ਨਾਲ ਉਹ ਆਪਣੇ ਵੱਲੋਂ ਬਹੁਤ ਅੱਛਾ ਕਰਦੇ ਸੀ, ਔਰ ਅਸੀਂ ਵੀ ਉਸ ਟਾਈਮ ਬਹੁਤ, ਦੇਖੋ ਟਾਈਮ ਜਿੱਦਾਂ ਹੁਣ ਅਸੀਂ ਵੀ ਕਹੀਦਾ ਨਾ ਟਾਈਮ, ਉਹ ਟਾਈਮ ਵੀ ਅੱਛਾ ਸੀ ਉਸ ਟਾਈਮ ਵਿੱਚ ਸਾਨੂੰ, ਮਤਲਬ ਚਲੋ ਅਮੈਨਿਟੀਆਂ ਨਹੀਂ ਹੁੰਦੀਆਂ ਸੀ, ਰੂਮਸ ਹੀ ਹੁੰਦੇ ਸੀ, ਕੰਫਰਟੇਬਲ ਉਦੋਂ ਵੀ ਉੱਥੇ ਵੀ ਬੜੇ ਸੀ, ਕਿਉਂਕਿ ਕੰਮ ਦੀ ਜਨੂੰ, ਪਤਾ ਕੀ ਹੁੰਦਾ ਜਿੱਥੇ ਤੁਸੀਂ ਕੰਮ ਕਰਦੇ ਹੋ, ਜੇ ਤੁਹਾਨੂੰ ਕੰਮ ਨਾ ਪਿਆਰ ਹੈ ਨਾ, ਤੁਸੀਂ ਕਿੰਨੀਆਂ ਚੀਜ਼ਾਂ ਨੂੰ ਛੱਡ ਵੀ ਦਿੰਦੇ ਹੋ। ਰਾਈਟ 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 ਇੱਕ ਤੁਸੀਂ ਇਗਨੋਰ ਵੀ ਕਰ ਦਿੰਦੇ ਹੋ। ਮੈਂ ਤੁਹਾਡੇ ਵਰਗੀ ਸੀਨੀਅਰ ਐਕਟਰ ਨਾਲ ਗੱਲ ਕਰ ਰਿਹਾ ਸੀ ਇੱਕ ਦਿਨ, ਪਿੱਛੇ ਜੇ ਮੈਨੂੰ ਕੈਨੇਡਾ ਮਿਲੇ ਸੀਗੇ ਅਤੇ ਸ਼ੂਟ 'ਤੇ ਆਏ ਹੋਏ ਸੀ ਉਹ ਵੀ, ਤਾਂ ਉਹ ਕਰੀਬ ਕਰੀਬ ਤੁਹਾਡੇ ਹੀ ਟਾਈਮ ਦੇ ਨੇ, ਬਹੁਤ ਸੋਹਣੇ ਰੋਲ ਕਰ ਰਹੇ ਨੇ, ਤਾਂ ਉਹਨੇ ਉਹ ਵੀ ਜਿੱਦਾਂ ਪਿੱਛੋਂ ਆਪਣੇ ਉੱਤਰਾਖੰਡ ਦੇ ਨੇ ਅਤੇ ਪੰਜਾਬੀ ਬਹੁਤ ਸੋਹਣੀ ਬੋਲ ਰਹਿੰਦੇ ਆ, ਕੋਸ਼ਿਸ਼ ਕਰਦੇ ਆਪਦੇ ਵੱਲੋਂ, ਤਾਂ ਉਹ ਕਹਿੰਦੇ ਕਿ ਸਾਨੂੰ ਦਿੱਕਤ ਉਹਨਾਂ ਟਾਈਮਾਂ 'ਚ ਜਿੱਦਾਂ ਕਾਦਰ ਖਾਨ, ਰਾਜ ਬੱਬਰ ਸਾਹਿਬ ਨਾਲ ਤੁਸੀਂ ਕੰਮ ਕੀਤਾ, ਅਮਰੀਸ਼ ਪੁਰੀ ਨਾਲ, ਆਪਾਂ ਉਹ ਗੱਲਾਂ ਕਰਦੇ ਹੈਗੇ ਜਾ ਕੇ, ਉਹ ਕਹਿੰਦੇ ਵੀ ਉਹਨਾਂ ਨਾਲ ਅਸੀਂ ਵੀ ਉਹ ਟਾਈਮਾਂ ਦੇ ਵਿੱਚ ਆਊਟਡੋਰ ਸ਼ੂਟ ਲੇਡੀਜ਼ ਵਾਸਤੇ ਬਹੁਤ ਔਖੀ ਹੁੰਦੀ ਸੀਗੀ, ਹੁਣ ਤਾਂ ਵੈਨਿਟੀਜ਼ ਆ ਗਈਆਂ, ਤੁਸੀਂ ਰਿਲੈਕਸ ਕਰ ਸਕਦੇ ਹੋ, ਵਾਸ਼ਰੂਮ ਬਣੇ ਹੋਏ, ਸਭ ਕੁਛ, ਪਰ ਉਹਨਾਂ ਟਾਈਮਾਂ ਦੇ ਵਿੱਚ ਲੇਡੀਜ਼ ਕਰੂ ਦੇ ਵਿੱਚ ਜਿਹੜੀਆਂ ਲੇਡੀਜ਼ ਹੁੰਦੀਆਂ ਸੀ ਉਹ ਕੱਪੜਾ ਤਾਣ ਲੈਂਦੀਆਂ ਸੀ ਜਦੋਂ ਚੇਂਜ ਕਰਨਾ ਆ, ਅਤੇ ਫਿਰ ਧੁੱਪ ਵੀ ਹੁੰਦੀ ਸੀ, ਛਾਂ ਵੀ ਹੁੰਦੀ ਸੀ, ਉਹ ਚੀਜ਼ ਉਹ ਟਾਈਮ ਕਹਿੰਦੇ ਥੋੜ੍ਹਾ ਔਖਾ ਸੀ, ਪਰ ਉਸ ਟਾਈਮ ਜਿਹੜੇ ਲੋਕ ਸੀਗੇ ਉਹ ਜਿਹੜਾ ਆਮ ਸਾਰਾ ਫਰੈਂਡਲੀ ਹੁੰਦਾ ਸੀਗਾ, ਅੱਜ ਕੱਲ੍ਹ ਥੋੜ੍ਹਾ ਬਨਾਵਟੀ ਜਿਹਾ ਹੋ ਗਿਆ, ਵੀ ਆਪਦਾ ਕੰਫਰਟ ਤੁਹਾਨੂੰ ਪੂਰਾ ਦਿੱਤਾ ਜਾਂਦਾ, ਕੰਮ ਕਰੋ ਅਤੇ ਜਾਓ ਘਰੇ, ਬਸ ਇੰਨਾ ਹੀ ਆ, ਹੋ ਜਾਂਦਾ ਆ। ਅਤੇ ਮੈਮ ਮੈਨੂੰ ਇੱਕ ਗੱਲ ਦੱਸੋ ਕਿ ਆਪਾਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਇੱਕ ਨਵੇਂ ਬੱਚਿਆਂ ਨੂੰ ਸੰਦੇਸ਼ ਜ਼ਰੂਰ ਦੇ ਕੇ ਜਾਓ ਕਿ ਥੋੜ੍ਹਾ ਜਿਹਾ
ਇੱਕ ਇੱਕ ਮਤਬਾ ਲੈ ਕੇ ਚੱਲਦੇ ਕਿ ਅਸੀਂ ਆ ਸਾਡਾ ਪੁਆਇੰਟ ਆ ਇਹਨੂੰ ਹਿੱਟ ਕਰਨਾ, ਅਸੀਂ ਇੱਥੇ ਜਾਣਾ ਆ, ਪਰ ਜਦੋਂ ਔਕੜਾਂ ਆਈਆਂ ਉਹ ਰਾਹ 'ਚੋਂ ਭਟਕ ਗਏ, ਇੱਧਰ ਨੂੰ ਨਿਕਲ ਗਏ, ਇੱਧਰ ਨਿਕਲ ਗਏ, ਫਿਰ ਮੱਥੇ 'ਤੇ ਹੱਥ ਧਰ ਲੈਣਾ। ਹੁਣ ਤੁਸੀਂ ਦੱਸੋ ਵੀ ਜਦੋਂ ਤੁਸੀਂ ਸ਼ੁਰੂ ਕੀਤਾ ਸੀ ਕਿੰਨੀ ਕੁ ਜਗ੍ਹਾ ਤੋਂ ਨਾ ਹੋਈ ਹੋਊਗੀ, ਕਿੰਨੀ ਕੁ ਜਗ੍ਹਾ 'ਤੇ ਅਨਕੰਫਰਟੇਬਲਨੈਸ ਕੀਤਾ ਹੋਊਗਾ ਕਿ ਯਾਰ ਤੁਸੀਂ ਯਾਰ ਇੱਥੇ ਕੰਫਰਟੇਬਲ ਮਹਿਸੂਸ ਨਹੀਂ ਕਰ ਰਹੀ। ਔਰ ਜਲੰਧਰੋਂ ਜਾ ਕੇ ਮੁੰਬਈ ਦੇ ਵਿੱਚ ਪੈਰ ਰੱਖਣਾ ਕੋਈ ਸੌਖੀ ਗੱਲ ਨਹੀਂ ਹੈ, ਠੀਕ ਹੈ ਨਾ, ਰਹਿਣ ਨੂੰ ਥਾਂ, ਖਾਣ ਪੀਣ ਨੂੰ। ਉਹ ਦੱਸੋ ਕਿ ਜੇ ਟਾਰਗੇਟ ਲੈ ਕੇ ਚੱਲਣਾ ਤਾਂ ਮੇਕ ਸ਼ੋਰ ਕਿ ਰਿਲੈਂਟਲੈਸ ਐਫਰਟ ਦੇ ਨਾਲ ਪੂਰਾ ਕਰੋ, ਤੁਸੀਂ ਆ ਬੱਚਿਆਂ ਨੂੰ ਜ਼ਰੂਰ ਕਹੋ। ਹਾਂ ਨਹੀਂ, ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਜੇ ਤੁਸੀਂ ਬਾਈ ਚਾਂਸ ਸੋਚਦੇ ਹੋ ਨਾ ਕਿ ਮੈਂ ਇਹ ਲਾਈਨ 'ਚ ਜਾਣਾ, ਤੁਸੀਂ ਪੂਰੀ ਮਿਹਨਤ ਔਰ ਪੂਰੇ ਡੈਡੀਕੇਸ਼ਨ ਦੇ ਨਾਲ ਪੂਰੀ ਤਿਆਰੀ ਦੇ ਨਾਲ ਤੁਸੀਂ ਜਾਓ ਕਿ ਤੁਸੀਂ ਕਿਸੇ ਵੀ ਪ੍ਰੋਡਿਊਸਰ ਡਾਇਰੈਕਟਰ ਦੇ ਆਫਿਸ 'ਚ ਜਾਓ, ਤੁਸੀਂ ਮੰਨੋਗੇ ਨਹੀਂ, ਮੈਂ ਪਹਿਲੀ ਵਾਰੀ ਮੈਂ VRG ਦੇ ਆਫਿਸ ਗਈ, VR ਚੋਪੜਾ ਜੀ ਦੇ, ਮੈਂ ਉਹਨਾਂ ਨੂੰ ਮਿਲੀ। ਮੈਂ ਦੱਸਦਾ VR ਚੋਪੜਾ ਮੀਨਸ ਬਲਦੇਵ ਰਾਜ ਚੋਪੜਾ, ਯਸ਼ ਚੋਪੜਾ ਜੀ ਦੇ ਵੱਡੇ ਭਰਾ, ਉਹਨਾਂ ਦੀ ਪ੍ਰੋਡਕਸ਼ਨ ਹਾਊਸ। ਜੀ ਮੈਮ। ਹਾਂਜੀ, ਉਹਨਾਂ ਦੇ ਮੈਂ ਆਫਿਸ ਗਈ ਸੀ ਜਦੋਂ ਪਹਿਲੀ ਵਾਰੀ ਮੈਂ ਗਈ ਸੀ ਉਹਨਾਂ ਦੇ ਆਫਿਸ ਨਾ, ਮੈਂ ਜਾ ਕੇ ਗਿਆ ਸੀ, ਮੈਂ ਦੂਰਦਰਸ਼ਨ ਜਲੰਧਰ ਤੋਂ ਆਈ ਹਾਂ, ਉਹ ਵੀ ਜਦੋਂ ਪੰਜਾਬ ਦੇ ਹੀ ਰਹਿਣਾ। ਹਾਂਜੀ, ਤੇ ਉਹਨਾਂ ਨੇ ਕਿਹਾ, ਹਾਂ ਉਹ ਫਿਰ ਉਦੋਂ ਬਾਈ ਚਾਂਸ ਜੀ ਬਾਬਾ ਜੀ ਵੀ ਆਏ ਹੋਏ ਸੀ ਸ਼ਾਇਦ, ਮੇਰੇ ਮੰਮੀ ਵੀ ਸੀ, ਤੇ ਉਦੋਂ ਮਤਲਬ ਮੈਂ ਜਦੋਂ ਮਿਲ ਉਹਨਾਂ ਨੂੰ ਮਿਲ ਕੇ ਆਈ ਨਾ, ਜਦੋਂ ਉਹਨਾਂ ਨੂੰ ਜਾ ਕੇ VRG ਨੂੰ, ਤੇ ਉਹਨਾਂ ਨੇ ਬਹੁਤ ਅੱਛਾ ਰਿਸਪੋਂਸ ਦਿੱਤਾ। ਮੈਂ ਥੋੜੇ ਥੋੜੇ ਕਲਿਪਸ ਬਣਾ ਕੇ ਇੱਕ ਵੀਡੀਓ ਬਣਾ ਕੇ, ਪਹਿਲਾਂ ਹੁੰਦੀਆਂ ਸੀ ਨਾ ਕੈਸੇਟ ਹੁੰਦੀਆਂ ਸੀ, ਮੈਂ ਉਹਨਾਂ ਨੂੰ ਦਿੱਤੇ, ਮੈਂ ਕਿਹਾ ਸਰ ਆਪ ਮਤਲਬ ਤੁਸੀਂ ਦੇਖ ਲਓ ਹੈ ਨਾ, ਆਪ ਦੇਖ ਲੀਜੀਏ ਅਗਰ ਮੇਰੀ ਲਾਈਫ ਕੁਛ ਹੋ ਤੋ। ਬੋਲੇ ਦੇਖੋ ਆਪ ਆਏ ਹੋ ਤੋ ਇੱਕ ਮੇਰੀ ਹੈ ਨਾ ਕੱਲ ਕੀ ਆਵਾਜ਼ ਫਿਲਮ ਸੀ ਉਹਨਾਂ ਦੀ ਚੱਲ ਰਹੀ ਸੀ, ਉਹ ਕਹਿੰਦੇ ਥੋੜੀ ਲੇਟ ਮਿਲੇ ਤੁਸੀਂ, ਇੱਕ ਸੀਨ ਹੈਗਾ ਪਰ ਉਹ ਸੀਨ ਤੁਹਾਡਾ ਹੋਏਗਾ ਜਿਹਦੇ ਚ ਰਵਿੰਦਰ ਜੀ ਵੀ ਹੋਣਗੇ, ਰਾਜ ਬੱਬਰ ਵੀ ਹੋਣਗੇ, ਮੇਰੇ ਮਹਾਂਭਾਰਤ ਵਾਲੇ, ਉਦੋਂ ਮਹਾਂਭਾਰਤ ਵੀ ਚੱਲ ਰਿਹਾ ਸੀ, ਮੇਰੇ ਮਹਾਂਭਾਰਤ ਅਰਜੁਨ ਵਗੈਰਾ ਸਾਰੇ ਹੋਣਗੇ ਉਹਦੇ ਚ, ਜੇ ਤੁਸੀਂ ਉਹਨਾਂ ਦੇ ਨਾਲ ਸਕਰੀਨ ਕਰਨਾ ਚਾਹੁੰਦੇ ਹੋ ਤੇ ਇੱਕ ਸੀਨ ਹੈਗਾ ਪਰ ਉਹ ਸੀਨ ਤੁਹਾਡਾ ਹੋਏਗਾ। ਮੈਂ ਕਿਹਾ ਕੋਈ ਗੱਲ ਨੀ ਸਰ, ਕਿਉਂਕਿ ਇੰਨੇ ਵੱਡੇ ਕੈਂਪਸ 'ਚ ਜੇ ਤੁਸੀਂ ਛੋਟਾ ਵੀ ਕਰਕੇ ਨਿਕਲ ਆਓਗੇ, ਫਿਰ ਵੀ ਮੈਂ ਕਿਹਾ ਕੋਈ ਗੱਲ ਨੀ, ਮੈਨੂੰ 3 ਮਹੀਨੇ ਹੋਏ ਸੀ ਮੁੰਬਈ 'ਚ ਆਇਆ, ਸਭ ਤੋਂ ਪਹਿਲਾਂ ਮੈਂ, ਔਰ ਮੈਨੂੰ ਕੋਈ ਨਾ ਨਹੀਂ ਹੋਈ ਸੀ ਉੱਥੇ, ਮੈਨੂੰ ਪਹਿਲਾਂ ਪੋਜ਼ਿਟਿਵ ਮਿਲਿਆ, ਮੈਂ ਦੂਰਦਰਸ਼ਨ ਗਈ ਮੈਨੂੰ ਪੋਜ਼ਿਟਿਵ ਮਿਲਿਆ ਰਿਸਪੋਂਸ, ਮੈਂ ਬੰਬੇ ਆਈ ਮੈਨੂੰ ਹਰ ਜਗ੍ਹਾ ਤੇ ਪੋਜ਼ਿਟਿਵ ਰਿਸਪੋਂਸ ਮਿਲਿਆ, ਇਸ ਕਰਕੇ ਮੈਂ ਦੂਰਦਰਸ਼ਨ ਤੇ ਵੀ ਜਿਹੜੇ ਮਤਲਬ ਜੋ ਚੈਨਲ ਸ਼ੁਰੂ ਹੁੰਦੇ ਨਾ ਜਿਹੜੇ, ਮੈਨੂੰ ਟੱਚ ਹੁੱਟ ਪਤਾ ਨਹੀਂ ਕਿਉਂ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਨੂੰ ਬਹੁਤ ਭਰੋਸਾ ਉਹਦੇ ਤੇ, ਮੈਨੂੰ ਜ਼ਿਆਦਾ ਕਰਕੇ ਨਕਾਰਾਤਮਕ ਨੈਗੇਟਿਵ ਕਿਤੇ ਨਹੀਂ ਮੈਨੂੰ ਵੇਵਸ ਆਈਆਂ। ਔਰ ਦੇਖੋ ਮੈਂ ਪਹਿਲਾਂ ਪੰਜਾਬੀ ਫਿਲਮਾਂ 'ਚ ਕੰਮ ਕਰਨਾ ਚਾਹੁੰਦੀ ਸੀ, ਉਸ ਵੇਲੇ ਮੈਨੂੰ ਮੇਨ ਲੀਡ ਮੈਂ ਕਰਨਾ ਚਾਹੁੰਦੀ ਸੀ ਜਦੋਂ ਮੈਂ, ਫਿਰ ਮੈਂ ਬੰਬੇ ਦਾ, ਮੈਂ ਕਹਿੰਦੀ ਮੈਂ ਬੰਬੇ ਜਾ ਕੇ ਕੰਮ ਕਰਾਂ, ਮੈਂ ਬੰਬੇ ਆਈ, ਮੈਂ ਬੰਬੇ 'ਚ ਫਿਲਮਾਂ ਕੀਤੀਆਂ, ਸੀਰੀਅਲ ਕੀਤੇ, ਫਿਰ ਉਸ ਤੋਂ ਬਾਅਦ ਫਿਰ ਮੇਰੇ ਮਨ 'ਚ ਜਿੱਦਾਂ ਆਈ ਤਾਂ ਮੈਨੂੰ ਦੇਵੀ ਜੀ ਦੇ ਨਾਲ ਮੇਰਾ ਕੰਟੈਕਟ ਹੋਇਆ। ਅੱਛਾ, ਦੇਵੀ ਜੀ ਦੇ ਨਾਲ ਕੰਟੈਕਟ ਹੋਇਆ ਤਾਂ ਮੈਨੂੰ 5-6 ਫਿਲਮਾਂ ਕੀਤੀਆਂ ਮੈਂ ਉਹਨਾਂ ਦੇ ਨਾਲ, 2 ਵੈਬ ਸੀਰੀਜ਼, ਇੱਕ ਮੈਂ ਇੱਕ ਹੋਰ ਮੈਂ ਪੰਜਾਬੀ ਕੀਤੀ ਉਹਨਾਂ ਦੇ ਨਾਲ। ਦੇ ਆਪਾਂ ਦੇਵੀ ਭਾਜੀ ਦੀ ਗੱਲ ਕਰਨ ਲੱਗੇ ਆ, ਬੰਦਾ ਸ਼ਲਾਘਾ ਯੋਗ ਹੈ, ਬਹੁਤ ਮਿਹਨਤੀ ਹੈ, ਉਹਨਾਂ ਦੀ ਵਾਈਫ ਭੈਣ ਹੈ, ਮੈਂ ਛੋਟੀ ਭੈਣ ਕਹਿੰਦਾ ਖੁਸ਼ਬੂ, ਡੈਡੀਕੇਸ਼ਨ 'ਚ ਕੋਈ ਘਾਟ ਨਹੀਂ। ਦਰਸ਼ਕੋ ਸਾਡੇ ਨਾਲ ਬਣੇ ਨੇ ਸੁਸ਼ਮਾ ਪ੍ਰਸ਼ਾਂਤ, ਦੇਸ਼ਪਾਂਡੇ ਜੀ ਜਿਹੜੇ ਕਿ ਬਹੁਤ ਵਧੀਆ ਕਲਾਕਾਰ ਨੇ, ਨਾਲ ਬਾਕਮਾਲ ਇੱਕ ਹਿਊਮਨ ਜਿਹੜੇ ਹੈਗੇ ਉਹ ਵੀ ਆ, ਅਤੇ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਯਾਰ ਜੇ ਤੁਸੀਂ ਮਿਹਨਤ ਕਰਨਾ ਤਾਂ ਬੰਦਾ ਕਿੱਥੋਂ ਉੱਠ ਕੇ ਕਿੱਥੇ ਚਲਾ ਜਾਂਦਾ। ਸੁਸ਼ਮਾ ਜੀ, ਆਪਾਂ ਦੇਵੀ ਭਾਈ ਦੀ ਗੱਲ ਕਰ ਰਹੇ ਸੀਗੇ, ਮੇਰਾ ਉਹਨਾਂ ਨਾਲ ਕੋਲੈਬੋਰੇਸ਼ਨ ਬਹੁਤ ਵਧੀਆ ਹੈ, ਸਾਰਾ ਵਧੀਆ ਉਹ ਦੇਖੋ ਇੱਕ ਉਹ ਬੰਦਾ ਆ ਜਿਹੜਾ ਕੈਮਰੇ ਤੋਂ ਉੱਠਿਆ ਅਤੇ ਡਾਇਰੈਕਟਰ ਬਣਿਆ, ਰਾਈਟ, ਹੁਣ ਤਾਂ ਪਰਮਾਤਮਾ ਵੈਬ ਸੀਰੀਜ਼ ਕਰ ਰਿਹਾ ਅਤੇ ਗਾਂਹ ਵੀ ਵਧਾਵੇ। ਔਰ ਜੇ ਆਪਾਂ ਉਹਨਾਂ ਦੀ ਖੁਸ਼ਬੂ ਦੀ ਗੱਲ ਕਰੀਏ ਤਾਂ ਉਹ ਪਹਿਲੇ ਦਿਨ ਤੋਂ ਡਾਇਰੈਕਟਰ ਸੀ ਦਿਮਾਗੀ ਤੌਰ 'ਤੇ, ਅਤੇ ਸ਼ੀ ਨੋਜ਼ ਵਟ ਟੂ ਡੂ ਐਂਡ ਸੈੱਟ 'ਤੇ ਜਾਣਾ ਹੈ, ਰਾਈਟ, ਅਤੇ ਬੜੀ ਛੇਤੀ ਉਹਨਾਂ ਨੂੰ ਇੱਥੇ ਇਸ ਮੰਚ 'ਤੇ ਖੁਸ਼ਬੂ ਉਹਨਾਂ ਨੂੰ ਲੈ ਕੇ ਆ ਰਿਹਾ ਮੈਂ। ਅਤੇ ਤੁਸੀਂ ਦੱਸੋ ਸਫ਼ਰ ਦੇਵੀ ਉਹਨਾਂ ਨਾਲ ਕਿੱਦਾਂ ਦਾ ਰਿਹਾ ਤੁਹਾਡਾ? ਬਹੁਤ ਵਧੀਆ ਰਿਹਾ ਮੇਰਾ, ਕਿਉਂਕਿ ਮੈਂ ਪੰਜਾਬੀ ਫਿਲਮਾਂ ਜਦੋਂ ਸੋਚਿਆ, ਮਨ ਵਿੱਚ ਸੋਚਿਆ ਜਦੋਂ ਦੇਵੀ ਜੀ ਦੇ ਨਾਲ ਮੇਰਾ ਕੰਟੈਕਟ ਹੋਇਆ, ਉਹਨਾਂ ਨੇ ਕਿਹਾ ਮੈਂ, ਉਹਨਾਂ ਨੇ ਡਾਇਰੈਕਟ ਮੈਨੂੰ
ਮਤਲਬ ਸੈੱਟ ਤੇ ਹੀ ਬੁਲਾਇਆ, ਇਹ ਨਹੀਂ ਕਿਹਾ ਮੈਂ ਪਹਿਲਾਂ ਮੈਂ ਮਤਲਬ ਤੁਹਾਨੂੰ ਮਿਲੂੰਗਾ ਜਾਂ ਮਤਲਬ ਜਿਸ ਤਰੀਕੇ ਦੇ ਨਾਲ, ਪਰ ਉਹਨਾਂ ਨੇ ਨਹੀਂ, ਪਰ ਮੈਂ ਸਿੱਧਾ ਸੈੱਟ ਤੇ ਗਈ ਉਹਨਾਂ ਦੇ ਨਾਲ ਕੰਮ ਕੀਤਾ, ਮੈਨੂੰ ਬਹੁਤ ਅੱਛਾ ਐਕਸਪੀਰੀਅੰਸ ਹੋਇਆ, ਇੱਕ ਫੈਮਿਲੀ ਵਰਗਾ ਮਾਹੌਲ ਹੈਗਾ ਉਹਨਾਂ ਦੇ ਨਾਲ, ਤੁਹਾਡੇ ਘਰ ਦਾ ਜਿੱਦਾਂ ਖੁਸ਼ਬੂ ਦੇ ਨਾਲ ਵੀ ਬਹੁਤ ਜ਼ਿਆਦਾ ਮੇਰਾ ਪਿਆਰ ਹੈ, ਔਰ ਮੇਰਾ ਕੰਮ ਮਤਲਬ ਉਹਨਾਂ ਉਹ ਜਿਹੜੀ ਵੀ ਫਿਲਮ ਕਰਦੇ ਉਹ ਪਹਿਲਾਂ ਮੈਨੂੰ ਪੁੱਛ ਲੈਂਦੇ ਮੈਡਮ ਆਪ ਫ੍ਰੀ ਹੋ ਤੋ ਹਮਾਰੇ ਸਾਥ ਕੰਮ ਕਰੋ, ਤਾਂ ਮੈਂ ਜਦੋਂ ਮੈਂ ਮੇਰੇ ਕੋਲ ਟਾਈਮ ਹੋਵੇ ਮੈਂ ਜ਼ਰੂਰ ਉਹਨਾਂ ਦੇ ਨਾਲ, ਬਹੁਤ ਅੱਛਾ ਐਕਸਪੀਰੀਅੰਸ ਮੇਰਾ, ਬਹੁਤ ਅੱਛੇ ਡਾਇਰੈਕਟਰ ਨੇ, ਬਹੁਤ ਅੱਛਾ ਐਕਸਪੀਰੀਅੰਸ ਮੇਰਾ ਉਹਨਾਂ ਦੇ ਨਾਲ ਹੋਇਆ, ਮੈਂ ਕਾਫੀ ਕੰਮ ਕਰੂੰਗੀ ਉਸ ਵੀ ਉਹਨਾਂ ਦੇ ਨਾਲ। ਨਾ ਵੀ ਕਰੋ, ਅਸੀਂ ਖਿੱਚ ਲਿਆਵਾਂਗੇ ਜੀ, ਕੋਈ ਗੱਲ ਨਹੀਂ। ਸੁਸ਼ਮਾ ਜੀ, ਹੁਣ ਆਪਾਂ ਥੋੜ੍ਹੀ ਜਿਹੀ ਪੁਰਾਣੀ ਗੱਲ ਕਰ ਲਈਏ। ਤੁਸੀਂ ਮੇਰਾ ਜੋ ਪਸੰਦੀਦਾ ਜਿਹੜਾ ਸੀਨ ਹੈ, ਮੇਖੇ ਐਲਾਨ ਫਿਲਮ ਦਾ ਆਇਆ ਅਮਰੀਸ਼ ਪੁਰੀ ਨਾਲ, ਜਿੱਥੇ ਤੁਸੀਂ ਕਹਿ ਰਹੇ ਮਾਰ ਦਿਆ ਉਸਕੋ, ਉਹ ਵਾਲਾ ਸੀਨ ਬੜਾ ਲੋਕਾਂ ਨੇ, ਮੈਨੂੰ ਯਾਦ ਹੈ, ਮੇਖੇ ਮੈਂ 8ਵੀਂ 9ਵੀਂ 'ਚ ਹੋਊਂਗਾ, ਮੈਨੂੰ ਬਹੁਤ ਵਧੀਆ ਲੱਗਾ। ਮਾੜਾ ਜਿਹਾ ਉਹ ਫਿਲਮ ਬਾਰੇ ਦੱਸਿਓ ਜੋ ਤੁਸੀਂ ਅਮਰੀਸ਼ ਪੁਰੀ ਦੇ ਸਾਹਮਣੇ ਹੋਣੇ ਹੋ। ਅਮਰੀਸ਼ ਜੀ ਦੇ ਸਾਹਮਣੇ ਜਦੋਂ ਮੈਂ ਆਈ ਨਾ, ਮੈਂ ਕਿਹਾ ਉਹ ਉਹ ਮਤਲਬ ਇੰਨੇ ਗ੍ਰੇਟ ਔਰ ਇੰਨੇ ਡਾਊਨ ਟੂ ਅਰਥ, ਉਹਨਾਂ ਨੇ ਆ ਕੇ ਆਈ ਐਮ ਅਮਰੀਸ਼ ਪੁਰੀ, ਮੈਂ ਨੇ ਕਿਹਾ ਸਰ ਮੈਂ ਸੁਸ਼ਮਾ ਪ੍ਰਸ਼ਾਂਤ, ਆਈ ਐਮ ਸੁਸ਼ਮਾ ਪ੍ਰਸ਼ਾਂਤ ਨਹੀਂ ਬਣੀ ਸੀ ਉਦੋਂ, ਮੈਂ ਸੁਸ਼ਮਾ ਹੀ ਸੀ, ਕਹਿੰਦੇ ਮੈਂ ਆਈ ਐਮ ਅਮਰੀਸ਼ ਪੁਰੀ, ਮੈਂ ਕਿਹਾ ਸਰ ਆਪ ਮਤਲਬ ਆਪਕੋ ਕੌਣ ਨਹੀਂ ਜਾਣਤਾ ਹੈ ਨਾ, ਮਤਲਬ ਇਸ ਤਰੀਕੇ ਦੇ ਨਾਲ ਜਿੰਨੇ ਜਿੰਨਾ ਕੰਮ ਜਿਹਨਾਂ ਨੇ ਜ਼ਿਆਦਾ ਕੀਤਾ ਹੋਇਆ ਉਹਨੇ ਡਾਊਨ ਟੂ ਅਰਥ ਹੈ, ਔਰ ਜਿਹਨਾਂ ਨੇ ਇੱਕ ਇੱਕ ਦੋ ਦੋ ਕੰਮ ਕੀਤੇ ਹੋਏ ਨਾ ਅੱਜ ਕੱਲ੍ਹ ਦੇ ਜ਼ਮਾਨੇ 'ਚ, ਉਹਨਾਂ ਦੀ ਹਵਾਵਾਂ ਕਿਤੇ ਹੋਰ ਹੀ ਹੁੰਦੀਆਂ, ਪਰ ਜਿਹੜੇ ਪੁਰਾਣੇ ਆਰਟਿਸਟ ਸੀ ਉਹਦੇ ਧਰਮ ਜੀ ਲਗਾ ਲਓ ਹੈ ਨਾ, ਆਪਣੇ ਰਾਜ ਬੱਬਰ ਜੀ, ਹਾਂ ਇਹ ਜਿੰਨੇ ਵੀ ਜਿਹੜੇ ਵੀ ਉਹਨਾਂ ਨੇ, ਐ ਨਹੀਂ ਕਿਹਾ ਓਏ ਘਬਰਾਉਂਦੇ ਕਿਉਂ ਬਾਦਸ਼ਾਹ, ਕਿਉਂਕਿ ਮੇਰਾ ਇੱਕ ਦੋਸਤ ਆ ਉਹ ਮਿਲਿਆ ਸੀ ਪਹਿਲੀ ਵਾਰ, ਉਹਨੇ ਕਿਹਾ ਮੈਂ ਪੰਜਾਬ ਤੋਂ ਆਇਆ ਤਾਂ ਮੈਂ ਡਰਾਮਾ ਕਰਦਾ, ਉਹ ਕਹਿੰਦਾ ਮੁੰਡਿਆ ਘਬਰਾਉਂਦਾ ਕਿਉਂ, ਮੈਂ ਵੀ ਪੰਜਾਬੀ ਹਾਂ, ਤਕੜਾ ਹੋ ਕੇ ਕੰਮ ਕਰ, ਉਹਨਾਂ ਦੀ ਸਟਾਈਲ ਦੇ ਵਿੱਚ। ਕਰਮ ਜੀ ਨੇ ਮੈਨੂੰ ਵੀ ਕਿਹਾ ਸੀ, ਕਹਿੰਦੇ ਕੁੜੀਏ ਤੂੰ ਬਹੁਤ ਬਹੁਤ ਅੱਗੇ ਜਾਏਗੀ, ਬਹੁਤ ਕੰਮ ਕਰੇਗੀ ਤੂੰ ਅੱਗੇ, ਮੈਂ ਕਿਹਾ ਚੱਲਦਾ ਥੈਂਕ ਯੂ, ਬਹੁਤ ਮਤਲਬ ਬਲੈਸਿੰਗਸ ਉਹਨਾਂ ਨੇ ਦਿੱਤੀਆਂ ਉਸ ਵੇਲੇ, ਬਹੁਤ ਵਧੀਆ ਕੰਮ ਕਰਕੇ, ਬਹੁਤ ਅੱਛਾ ਐਕਸਪੀਰੀਅੰਸ ਸੀ। ਜੀ, ਰਾਜ ਬੱਬਰ ਦੀਆਂ ਤੁਹਾਡੀਆਂ ਫਿਲਮਾਂ ਆਈਆਂ, ਮਾੜਾ ਦਰਸ਼ਕਾਂ ਨਾਲ ਸ਼ੇਅਰ ਕਰੋ ਕਿਹੜੀਆਂ ਕਿਹੜੀਆਂ। ਨਹੀਂ ਫਿਲਮ ਫਿਲਮ ਤੇ ਉਹਦੇ ਚ ਸੀ ਮੇਰੇ ਨਾਲ ਰਾਜ ਬੱਬਰ ਜੀ, ਉਸ ਤੋਂ ਬਾਅਦ ਮੈਂ ਇੱਕ ਸੀਰੀਅਲ ਕੀਤਾ ਸੀ ਪੁਕਾਰ, ਉਹਦੇ ਚ ਵੀ ਰਾਜ ਬੱਬਰ ਉਹ ਵੀ ਸੀ, ਉਹਨਾਂ ਦੇ ਨਾਲ ਵੀ ਮੈਂ ਕੰਮ ਕੀਤਾ। ਅੱਛਾ, ਤੇ ਹੁਣ ਆਪਾਂ ਨਾ ਗੱਲ ਕਰਦਾ ਜੋ ਮੇਰਾ ਐਕਸਪੀਰੀਅੰਸ ਰਿਹਾ ਥੋੜ੍ਹਾ ਜਿਹਾ ਪਿਛਲੇ ਕਈ ਸਾਲਾਂ ਤੋਂ, ਤੁਸੀਂ ਕਰੈਕਟ ਕਰਿਓ ਜੇ ਮੈਂ ਰੋਂਗ ਆ ਤਾਂ, ਇਹ ਮੈਂ ਤਾਂ ਦੱਸਣਾ ਚਾਹੁੰਦਾ ਕਿ ਆਪਾਂ ਅੱਜ ਹੈਗੇ ਕੱਲ੍ਹ ਨਹੀਂ, ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਹਜ਼ਾਰ ਹਜ਼ਾਰ ਸਾਲ ਉਮਰ ਦੇਵੇ, ਉਹ ਇੱਕ ਗੁੱਡ ਵਿਸ਼ਿਜ਼ ਹੈ, ਪਰ ਪ੍ਰੈਕਟੀਕੈਲਿਟੀ ਕਿਤੇ ਹੋਰ ਹੁੰਦੀ ਹੈ। ਜੋ ਅੱਜ ਕੱਲ੍ਹ ਕੋਈ ਬੱਚਾ ਜਾਂਦਾ, ਚਾਹੇ ਉਹ ਟੈਲੈਂਟਡ ਆ, ਚਾਹੇ ਉਹ ਕਿਸੇ ਵੀ ਫੀਲਡ 'ਚ ਆ, ਚਾਹੇ ਉਹ ਡਾਂਸ ਦੇ ਵਿੱਚ ਆ ਜਾਂ ਐਕਟਿੰਗ 'ਚ ਆ, ਕੋਈ ਵੀ ਆ, ਅਤੇ ਉਹ ਜਾਂਦਾ ਬੜੇ ਮਾਣ ਨਾਲ, ਹੈ ਨਾ, ਉਹ ਕਿਸ ਤੋਂ ਕੁਛ ਲੈਂਦਾ ਨਹੀਂ ਹੈ, ਆਪਦਾ ਕਰਕੇ ਜਾਂਦਾ ਇੰਤਜ਼ਾਮ ਕਿ ਮੇਰੇ ਮਹੀਨੇ ਦਾ ਰਾਸ਼ਨ ਮੇਰੇ ਕੋਲ ਹੈਗਾ, ਰਹਿਣ ਦਾ ਥਾਂ ਹੈਗਾ, ਉਸ ਤੋਂ ਬਾਅਦ ਮੈਨੂੰ ਕੋਈ ਕੰਮ ਮਿਲ ਜੂਗਾ, ਛੋਟੀ ਮੋਟੀ ਜੋਬ ਮਿਲ ਜੂਗੀ, ਮੈਂ ਇੱਧਰ ਟਰਾਈ ਕਰਦਾ ਰਹੂੰਗਾ, ਇਹ ਕਰਦਾ ਰਹੂੰਗਾ, ਕਿਉਂ ਕਿਉਂਕਿ ਹਾਲਾਤ ਇੱਦਾਂ ਦੇ ਬਣ ਗਏ, ਹੈ ਨਾ। ਕੋਈ ਟਾਈਮ ਹੁੰਦਾ ਸੀ ਜਦੋਂ ਧਰਮ ਜੀ ਦੇ ਘਰ ਦਰਵਾਜ਼ੇ ਖੁੱਲ੍ਹੇ ਹੁੰਦੇ ਸੀ, ਪਰ ਡਿਊ ਟੂ ਸਿਕਿਉਰਿਟੀ ਰੀਜ਼ਨ, ਹੈ ਨਾ, ਸਭ ਕੁਛ, ਅਤੇ ਉਹ ਹੁਣ ਅੱਜ ਕੱਲ੍ਹ ਉਹ ਮਾਹੌਲ ਨਹੀਂ ਹੈ ਕਿਤੇ ਵੀ, ਰਾਈਟ। ਮੈਂ ਤੁਹਾਨੂੰ ਐਗਜ਼ਾਮਪਲ ਵੀ ਤੁਹਾਨੂੰ ਮੈਂ ਫੋਨ 'ਤੇ ਵੀ ਦੱਸਿਆ ਸੀ, ਮੈਂ ਤੁਹਾਨੂੰ ਫਿਰ ਦੱਸਦਾ ਕਿ ਇਹ 2017-18 ਦੀ ਗੱਲ ਹੈ ਜੀ, ਮੈਂ ਮੁੰਬਈ 'ਚ ਸੀਗਾ, ਕੋਈ ਕੰਮ 2-3 ਦਿਨਾਂ ਦਾ ਟ੍ਰਿਪ ਸੀਗਾ, ਅਤੇ ਸਾਨੂੰ ਮੇਰਾ ਬਹੁਤ ਕਲੋਜ਼ ਹੈ ਉਹ ਵੀ ਨਹੀਂ ਦੁਨੀਆ 'ਤੇ ਇਸ ਟਾਈਮ, ਦਲਜੀਤ ਕੌਰ ਜੀ ਦੇ, ਸਾਨੂੰ ਪਤਾ ਲੱਗਿਆ ਵੀ ਬਿਮਾਰ ਹੈ, ਉਹ ਕਹਿੰਦਾ ਪਤਾ ਲੈ ਕੇ ਆਉਂਦੇ, ਔਰ ਉਸੇ ਥੋੜ੍ਹੀ, ਹਾਂਜੀ ਹਾਂਜੀ, ਔਰ ਮੈਂ ਡਿਊ ਟੂ ਪ੍ਰਾਈਵੇਸੀ ਗੱਲ ਨਹੀਂ ਕਰ ਰਿਹਾ ਵੀ ਕਿਹੜੇ ਮੁਹੱਲੇ 'ਚ, ਇਹ ਤੁਹਾਡੀ ਸੁਸਾਇਟੀ ਦੇ ਕੋਲ ਹੀ ਸੀਗੇ ਕਿਤੇ, ਤਾਂ ਉਹ ਮੰਜੇ 'ਤੇ ਪਏ ਸੀਗੇ, ਅਸੀਂ ਸਤਿ ਸ਼੍ਰੀ ਅਕਾਲ ਬੁਲਾਈ, ਬੜਾ ਪਿਆਰ, ਬੜੇ ਪਿਆਰ ਨਾਲ, ਬੜੇ ਨਿੱਘ ਨਾਲ ਬੈਠੇ, ਉਹਨਾਂ ਨੂੰ ਚੇਅਰਾਂ ਰੱਖੀਆਂ ਸੀ ਬੈੱਡ ਦੇ ਕੋਲ ਹੀ, ਤਾਂ
ਉਹ ਕਹਿੰਦੇ ਚਾਹ ਆ ਗਈ, ਚਾਹ ਪੀਣ ਲੱਗ ਗਏ, ਹਾਲ ਚਾਲ ਪੁੱਛਣ ਲੱਗ ਗਏ। ਉਹ ਮੈਂ ਮੇਰੇ ਦੋਸਤ ਨੂੰ ਕਿਹਾ ਸੀਗਾ ਕਿ ਯਾਰ ਹੁਣ ਤਾਂ ਬੜਾ ਪਾਪ ਅਤੇ ਹੋਰ ਬਾਹਰ ਦੀਆਂ ਚੀਜ਼ਾਂ ਖਾ ਕੇ ਹੁਣ ਤਾਂ ਮਸਰਾ ਦੀ ਦਾਲ ਖਾਣ ਨੂੰ ਜੀ ਕਰਦਾ। ਤਾਂ ਉਹਨੇ ਉਦੋਂ ਹੀ ਮੇਰੇ ਦੋਸਤ ਉਹਨਾਂ ਦੇ ਬਹੁਤ ਕਲੋਜ਼ ਸੀਗੇ ਅਤੇ ਉਹਨਾਂ ਨੇ ਉਦੋਂ ਹੀ ਦੱਸਤਾ ਵੀ ਆਹ ਮੁੰਡਾ ਇੱਦਾਂ ਇੱਦਾਂ ਆਇਆ ਅੱਕਿਆ ਪਿਆ ਆ ਅਤੇ ਮਸਰਾ ਦੀ ਦਾਲ ਖਾਣੀ। ਤਾਂ ਅਸੀਂ ਉਹ ਕਹਿੰਦੀ ਲੈ, ਉਹਨੇ ਆਪਦੀ ਕੁੱਕ ਸੀਗੀ ਉੱਥੇ, ਉਦੋਂ ਹੀ ਆਵਾਜ਼ ਮਾਰੀ, ਉਹ ਮਹਾਰਾਸ਼ਟਰੀਅਨ ਸੀ, ਉਹਨੂੰ ਬੜਾ ਹਿੰਦੀ 'ਚ ਕਿਹਾ ਕਿ ਮਸੂਰ ਕੀ ਦਾਲ ਕੁੱਕਰ ਮੇਂ ਡਾਲ ਦਿਓ, ਚਪਾਤੀਆਂ ਲਗਾਓ, ਫਟਾਫਟ ਬੱਚੋਂ ਨੇ ਖਾਣੀ ਹੈ। ਵੀ 10-15-20 ਮਿੰਟ ਸਾਨੂੰ ਵਧੀਆ ਰੋਟੀ ਖਵਾਈ ਉਹਨਾਂ ਨੇ। ਅੱਜ ਜੇ ਜਾਣੇ ਵੀ ਹਾਂ, ਜੇ ਇੱਕ ਦੋ ਫਿਲਮਾਂ ਵੀ ਕਿਸੇ ਦੀਆਂ ਹਿੱਟ ਹੋ ਜਾਂਦੀਆਂ ਜਾਂ ਕੋਈ ਡਾਇਰੈਕਟਰ ਹੈ ਉਹਦੀਆਂ ਹਿੱਟ ਹੋ ਜਾਂਦੀਆਂ, ਉਹਨਾਂ ਸਿਕਿਉਰਿਟੀ ਕਰਾਉਂਦੇ ਮੇਰੇ ਇੰਨੀ ਲਾਈ ਵੀ ਪਤਾ ਨਹੀਂ ਅਸੀਂ ਕੀ ਹੈ, ਹੈ ਨਾ? ਆਹ ਚੀਜ਼ ਕਿਉਂ ਆ ਜਾਂਦੀ ਬੰਦੇ 'ਚ, ਮੈਨੂੰ ਇਹ ਮਾੜਾ ਜਿਹਾ ਦੱਸੋ। ਮੈਂ ਤੁਹਾਨੂੰ ਪਹਿਲਾਂ ਹੀ ਹੁਣ ਥੋੜ੍ਹੀ ਦੇਰ ਪਹਿਲਾਂ ਇਸ ਗੱਲ ਤੋਂ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਅੱਜ ਕੱਲ੍ਹ ਉਹ ਜਿਹੜੇ ਪੁਰਾਣੇ ਲੋਕ ਸੀ ਉਹਨਾਂ ਨੇ ਇੰਨਾ ਇੰਨਾ ਕੰਮ ਕੀਤਾ ਹੁੰਦਾ ਕਿ ਫਿਰ ਵੀ ਉਹ ਡਾਊਨ ਟੂ ਅਰਥ ਸੀ। ਅੱਜ ਕੱਲ੍ਹ ਇੱਕ ਅੱਧੇ ਸੀਰੀਅਲ ਹੀ ਕਰ ਲੈਂਦਾ ਨਾ ਕੋਈ, ਪਹਿਲਾਂ ਹੀ ਸੀਰੀਅਲ ਹੁੰਦਾ ਤਾਂ ਦੂਸਰਾ ਹੀ ਸੈੱਟ ਦੇ ਉੱਤੇ ਉਹਨਾਂ ਦੀ ਹਵਾਵਾਂ ਮਤਲਬ ਇਸ ਤਰੀਕੇ ਦੀਆਂ ਹੁੰਦੀਆਂ, ਪਤਾ ਨਹੀਂ ਜ਼ਿੰਦਗੀ 'ਚ ਅਸੀਂ ਕੀ ਮਾਰਕਾ ਮਾਰ ਲਿਆ। ਮਤਲਬ ਇਸ ਤੋਂ ਬਾਅਦ ਬਹੁਤ ਕੁਛ ਬਾਅਦ ਜ਼ਿੰਦਗੀ 'ਚ ਕਰਨ ਵਾਸਤੇ, ਇਸ ਕਰਕੇ ਜਿਹੜੇ ਪੁਰਾਣੇ ਲੋਕ ਨੇ ਉਹਨਾਂ ਨੇ ਬਹੁਤ ਕੰਮ ਕੀਤਾ ਪਰ ਬਹੁਤ ਹੀ ਡਾਊਨ ਟੂ ਅਰਥ, ਬਹੁਤ ਹੀ ਡਾਊਨ ਟੂ ਅਰਥ, ਕਿਉਂਕਿ ਇੰਨੇ ਵੱਡੇ ਵੱਡੇ ਲੋਕਾਂ ਨੂੰ ਮਿਲੀ। ਪਰ ਅੱਜ ਕੱਲ੍ਹ ਦੇ ਬੱਚਿਆਂ 'ਚ ਪਤਾ ਨਹੀਂ, ਅੱਜ ਕੱਲ੍ਹ ਦੇ ਬੱਚਿਆਂ 'ਚ ਇੱਕ ਮਾਣ ਅਲੱਗ ਤਰ੍ਹਾਂ ਦਾ ਇੱਕ ਐਟੀਟਿਊਡ ਹੁੰਦਾ ਅਲੱਗ ਤਰ੍ਹਾਂ ਦਾ ਕਈ ਬੱਚਿਆਂ 'ਚ। ਇਸੇ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਸਾਰੀ ਬੱਚੇ ਦੱਸਣਾ ਚਾਹ ਰਹੀ, ਜਦੋਂ ਤੁਸੀਂ ਹੁਣ ਪੁੱਛਿਆ ਸੀ ਅਗਰ ਤੁਸੀਂ ਇਸ ਲਾਈਨ 'ਚ ਲੰਬਾ ਚੱਲਣਾ ਚਾਹੁੰਦੇ ਹੋ, ਇੱਕ ਕਰ ਲਓਗੇ, ਦੋ ਕਰ ਲਓਗੇ, ਤਿੰਨ ਕਰ ਲਓਗੇ, ਚਲੋ ਲੰਬਾ ਚੱਲਣਾ ਚਾਹੁੰਦੇ ਤੇ ਤੁਹਾਡਾ ਬਿਹੇਵੀਅਰ ਬਹੁਤ ਅੱਛਾ ਹੋਣਾ ਚਾਹੀਦਾ। ਆਰਟਿਸਟ ਤੁਸੀਂ ਬਾਅਦ 'ਚ ਮੂੰਹ ਖੋਲ ਕੇ ਡਾਇਲੋਗ ਬੋਲੋਗੇ ਜਾਂ ਤੁਹਾਨੂੰ ਫਿਰ ਬਾਅਦ ਜਾਂ ਤੁਹਾਨੂੰ ਲੋਕਾਂ ਨੇ ਦੇਖਿਆ ਹੋਗਾ ਤੁਹਾਨੂੰ ਫਿਰ ਪਤਾ, ਉਹਨਾਂ ਨੂੰ ਪਤਾ ਲੱਗੇਗਾ। ਪਰ ਜਦੋਂ ਤੁਸੀਂ ਇੱਕ ਤੁਹਾਡੀ ਨੇਚਰ ਬੜੀ ਅੱਛੀ ਹੋਏਗੀ, ਤੁਸੀਂ ਅੱਛੇ ਤਰੀਕੇ ਨਾਲ ਗੱਲ ਕਰੋਗੇ, ਕੰਮ ਕਰੋਗੇ। ਪਰ ਅੱਜ ਕੱਲ੍ਹ ਦਾ ਮਾਹੌਲ ਥੋੜ੍ਹਾ ਜਿਹਾ, ਅੱਜ ਕੱਲ੍ਹ ਦੇ ਬੱਚਿਆਂ ਦਾ ਮਾਹੌਲ ਥੋੜ੍ਹਾ ਜਿਹਾ ਹੋਰ ਹੈ, ਇਸ ਕਰਕੇ ਅੱਜ ਕੱਲ੍ਹ ਸਮਝਾਉਣ ਦਾ ਵੀ ਟਾਈਮ ਨਹੀਂ ਹੈਗਾ ਕਿਸੇ ਨੂੰ, ਟਾਈਮ ਨਹੀਂ। ਓਹੋ, ਜਿੱਦਾਂ ਕਿ ਕੋਈ ਚੈਨਲ ਬਹੁਤ ਵਧੀਆ ਹੈ। ਹਾਂਜੀ ਹਾਂਜੀ, ਇੱਕ ਚਲੋ ਆਪਾਂ ਨਾਂ ਨਹੀਂ ਲੈਂਦੇਗੇ, ਸ਼ਾਇਦ ਉਹ ਬੁਰਾ ਮੰਨ ਜਾਣ, ਪੁਰਾਣੇ ਕਲਾਕਾਰ ਨੇ, ਪੰਜਾਬ ਤੋਂ ਹੀ ਨੇ। ਤਾਂ ਕਹਿੰਦੇ ਮੈਂ ਗਿਆ ਬੰਬੇ ਤਾਂ ਕਹਿੰਦੇ 2-3 ਦਿਨ ਤਾਂ ਇੱਧਰ ਉੱਧਰ ਕਿਤੇ ਸੌ ਗਿਆ ਜੀ ਇਹ ਉਹ, ਤਾਂ ਮੈਨੂੰ ਕਹਿੰਦੇ ਕਿਹਾ ਧਰਮਜੀ ਦੇ ਘਰੇ ਚਲ ਜਾਓ। ਕਹਿੰਦਾ ਮੈਂ ਗਿਆ ਉੱਥੇ, ਮੈਂ ਕਹਿੰਦਾ ਛੋਟੇ ਮੋਟੇ ਥੀਏਟਰ ਟੈਗੋਰ ਥੀਏਟਰ 'ਚ ਕੰਮ ਕੀਤਾ ਸੀਗਾ, ਕਿਤੇ ਉਹਨਾਂ ਨੇ ਨਿਗਾਹ ਚੜਿਆ ਹੋਊਗਾ। ਤਾਂ ਕਹਿੰਦਾ ਮੈਂ ਦਰਵਾਜ਼ੇ 'ਤੇ ਗਿਆ ਅਤੇ ਉਹਨਾਂ ਦੇ ਛੋਟੇ ਭਾਈ ਸਾਹਿਬ ਅਜੀਤ ਦਿਓਲ ਜੀ ਖੜ੍ਹੇ ਸੀਗੇ, ਉਹਨਾਂ ਨੂੰ ਦੱਸਿਓ, ਕਹਿੰਦੇ ਅੰਦਰ ਆ ਜਾ, ਅਤੇ ਮੈਨੂੰ ਚਾਹ ਪਾਣੀ ਪਾਇਆ ਉੱਤੇ ਜਗ੍ਹਾ ਸੀਗੀ ਕਿਤੇ। ਤਾਂ ਕਹਿੰਦੇ ਧਰਮ ਜੀ ਆ ਗਏ ਥੋੜ੍ਹੇ ਚਿਰਾਂ ਬਾਅਦ ਅਤੇ ਰੋਟੀ, ਉਹ ਕਹਿੰਦੇ ਤੂੰ ਹਾਂ ਮੈਂ ਦੇਖਿਆ ਤੈਨੂੰ ਇੱਦਾਂ, ਪਹਿਲਾਂ ਦੱਸ ਤੇਰਾ ਸਮਾਨ ਕਿੱਥੇ ਪਿਆ। ਕਹਿੰਦਾ ਪਹਿਲੀ ਵਰਡਿੰਗ ਉਹਨਾਂ ਨੇ ਤੇਰਾ, ਮੈਂ ਕਿਹਾ ਜੀ ਫਲਾਨੇ ਥਾਂ। ਕਹਿੰਦਾ ਚੱਕ ਲਿਆ ਆਪਦੇ, ਉਹ ਕਹਿੰਦਾ ਆਪਦੇ ਉੱਪਰ ਕਮਰਾ ਜੀ, ਕਿ ਨਹਾ ਤੋ, ਰੋਟੀ ਪਾਣੀ ਖਾ, ਬਾਕੀ ਤੇਰੇ ਕਰ, ਮੈਂ ਕੰਮ ਕਰਦਾ ਰਹਿ, ਠੀਕ ਹੈ ਨਾ? ਔਰ ਦੇਖੋ ਅੱਜ ਕੱਲ੍ਹ ਕਿੱਥੇ ਉਹ ਗੱਲਾਂ ਰਹਿ ਗਈਆਂ ਨੇ, ਹੈ ਨਾ? ਅੱਜ ਕੱਲ੍ਹ ਤਾਂ ਹਰੇਕ ਕੋਈ ਦੂਰ ਸਿੱਟੋ ਦੂਰ ਸਿੱਟੋ। ਮੈਂ ਇਹ ਗੱਲ ਵਾਰ ਵਾਰ ਤਾਂ ਕਰ ਰਿਹਾ ਕਿ ਆਪਾਂ ਸਾਰੇ ਇੱਕ ਐਕਟਰ ਹੀ ਹਾਂ, ਪਰਮਾਤਮਾ ਨੇ ਭੇਜੇ ਹਾਂ, ਆਪਾਂ ਕਿਤੇ ਬੇਟੇ ਦਾ ਫਰਜ਼ ਨਿਭਾ ਰਹੇ ਹਾਂ, ਉੱਥੇ ਐਕਟ ਕਰ ਰਹੇ ਹਾਂ, ਕਿਤੇ ਪਤੀ ਦਾ ਕਰ ਰਹੇ ਹਾਂ, ਕਿਤੇ ਬਾਪ ਦਾ ਕਰ ਰਹੇ ਹਾਂ, ਹੈ ਨਾ? ਐਕਟ ਆ, ਪਰ ਉਸ ਤੋਂ ਪਹਿਲਾਂ, ਉਸ ਐਕਟ ਤੋਂ ਪਹਿਲਾਂ ਆਹ ਜਿਹੜੇ ਐਕਟ ਆ ਆਪਣੇ ਮਾਨਵਤਾ ਦੇ ਉੱਤੇ, ਇਹ 'ਤੇ ਆਪਾਂ ਜ਼ਰੂਰ ਕੰਮ ਕਰੀਏ, ਮੈਂ ਵਾਰ ਵਾਰ ਇਹ ਕਹਿਣਾ ਚਾਹੂੰਗਾ। ਅਤੇ ਮੈਡਮ ਆਪਣਾ ਨਾ ਬ੍ਰੇਕ ਦਾ ਟਾਈਮ ਹੋ ਗਿਆ, ਬਾਅਦ 'ਚ ਮੈਨੂੰ ਦੱਸਿਓ ਜਿਹੜੇ ਐਕਟਰ, ਜਿਹੜੇ ਪੁਰਾਣੇ ਐਕਟਰ ਦੁਨੀਆ ਤੋਂ ਚਲੇ ਗਏ, ਉਹਨਾਂ ਨਾਲ ਤੁਸੀਂ ਕੰਮ ਕੀਤਾ, ਮੇਹਰ ਮਿੱਤਲ ਸਾਹਿਬ, ਓਮਪੁਰੀ, ਅਮਰੀਸ਼ ਪੁਰੀ, ਹੋਰ ਵੀ ਉਹਨਾਂ, ਉਹ ਕਦੇ ਆਉਂਦਾ ਕਿ ਯਾਰ ਬੰਦੇ ਵਧੀਆ ਸੀ, ਕਦੇ ਯਾਦ ਆਉਂਦੇ, ਕਿਉਂਕਿ ਓਮਪੁਰੀ ਤਾਂ ਹੁਣ ਰੀਸੈਂਟਲੀ ਇਸ ਦੁਨੀਆ ਤੋਂ ਰੁਖਸਤ ਹੋਏ ਨੇ। ਆਪਾਂ ਉਹਨਾਂ ਬਾਰੇ ਵੀ ਗੱਲ ਕਰਾਂਗੇ ਅਤੇ ਫਿਰ ਆਉਣ ਵਾਲੇ ਤੁਹਾਡੇ ਪ੍ਰੋਜੈਕਟਸ 'ਤੇ ਵੀ ਗੱਲ ਕਰਾਂਗੇ। ਮੈਮ ਆਪਣਾ ਗੱਲ ਕੀਤੀ ਸੀਗੀ, ਕਦੇ ਕੋਈ ਨਿੱਘੀ ਯਾਦ ਸੁਣਾਓ ਤੁਹਾਡੀ ਅਮਰੀਸ਼ ਪੁਰੀ ਸਾਹਿਬ ਨਾਲ, ਓਮਪੁਰੀ ਸਾਹਿਬ ਨਾਲ, ਦੂਜੇ ਮੇਹਰ ਮਿੱਤਲ ਜੀ ਨਾਲ। ਹਾਂ, ਮਿੱਤਲ ਜੀ ਦੇ ਨਾਲ ਮੈਂ ਜੱਟੀ ਫਿਲਮ 'ਚ ਕੰਮ ਕੀਤਾ ਸੀ, ਔਰ ਉਹਨਾਂ ਨੇ ਵੀ ਇੱਕ ਹੀ ਗੱਲ ਮੈਨੂੰ ਕਹੀ ਸੀ ਉਸ ਵੇਲੇ, ਕਹਿੰਦੇ ਬੜੇ ਐਟੀਟਿਊਡ 'ਚ ਕੋਈ ਗਾਲਾਂ ਸੀ ਉਹਦੇ ਵਿੱਚ, ਮੇਰਾ ਉਹਦੇ 'ਚ ਹੈ ਸੀ, ਤੇ ਉਹ ਕਹਿ ਰਹੇ ਸੀ, ਕਹਿੰਦੇ ਬੇਟਾ ਤੂੰ ਅੱਗੇ ਬਹੁਤ
ਵਧੇਗੀ। ਫਿਰ ਮੈਂ ਮੁੰਬਈ ਜਦੋਂ ਆਈ ਨਾ, ਮਿੱਤਲ ਜੀ ਨੂੰ ਮੈਂ ਮਿਲੀ, ਕਿਉਂਕਿ ਮੈਂ ਵੀ ਯਾਰੀ ਰੋਡ ਰਹਿੰਦੀ ਸੀ, ਸਤਵੰਗਲਾ ਰਹਿੰਦੇ ਸੀ ਉਹ, ਮੈਂ ਉਹਨਾਂ ਨੂੰ ਮਿਲੀ, ਉਹਨਾਂ ਦੀ ਵਾਈਫ ਦੀ ਵੀ ਮਤਲਬ ਮੇਰਾ ਫੈਮਿਲੀ ਰਿਲੇਸ਼ਨ ਬਣ ਗਿਆ ਸੀ ਉਹਨਾਂ ਦੇ ਨਾਲ। ਫਿਰ ਉਹਨਾਂ ਦੇ ਨਾਲ ਵੀ ਮੈਂ ਚੌਕੀ ਨੰਬਰ 11 ਔਰ ਯੇ ਵੋ ਕਰਕੇ ਉਹਨਾਂ ਨੇ ਸੀਰੀਅਲ ਕੁਛ ਕੀਤੇ ਸੀ, ਕਹਿੰਦੇ ਬੇਟਾ ਕੰਮ ਕਰਦੇ ਹਾਂ, ਮੈਂ ਐਡ ਵੀ ਕੀਤੀ ਉਹਨਾਂ ਦੇ ਨਾਲ। ਉਹਨਾਂ ਦਾ ਕੰਮ ਕਰਨ ਦਾ ਇੱਕਦਮ ਅਲੱਗ ਤਰੀਕਾ ਸੀ, ਉਹ ਵੀ ਇੰਨੇ ਅੱਛੇ ਔਰ ਇੰਨੇ ਅੱਛੇ ਕਿਰਦਾਰ ਉਹਨਾਂ ਨੇ ਕੀਤੇ, ਜਿੰਨੇ ਅੱਛੇ ਕਿਰਦਾਰ ਕੀਤੇ ਉਨੇ ਹੀ ਅੱਛੇ ਦਿਲ ਦੇ ਸੀ ਉਹ, ਬਹੁਤ ਬਹੁਤ ਅੱਛੇ ਸੀ ਉਹ। ਉਹਨਾਂ ਦੇ ਨਾਲ ਕੰਮ ਕਰਕੇ ਵੀ ਬਹੁਤ ਮਜ਼ਾ ਆਇਆ। ਔਰ ਅਮਰੀਸ਼ ਜੀ ਦੇ ਨਾਲ ਤਾਂ ਮੈਂ ਤੁਹਾਨੂੰ ਐਕਸਪੀਰੀਅੰਸ ਆਪਣਾ ਦੱਸ ਹੀ ਚੁੱਕੀ ਹਾਂ ਕਿ ਉਹਨਾਂ ਨੇ ਇੰਨੇ ਵੱਡੇ ਆਰਟਿਸਟ ਹੋ ਕੇ ਸਾਹਮਣੇ ਆਪਣਾ ਇੰਟਰੋਡਕਸ਼ਨ ਮੈਨੂੰ ਦੇ ਰਹੇ, ਜਦਕਿ ਮੈਂ ਆਪਣਾ ਇੰਟਰੋਡਕਸ਼ਨ ਦੇ ਰਹੀ ਹਾਂ, ਉਹਨੂੰ ਆਪਣਾ ਦੇ ਰਹੇ ਸੀ। ਮੈਨੂੰ ਬਹੁਤ ਅੱਛਾ ਲੱਗਾ ਉਹਨਾਂ ਦੇ ਨਾਲ, ਕਾਦਰ ਖਾਨ ਜੀ, ਇੰਨੀ ਅੱਛੀ ਪਰਸਨੈਲਿਟੀ। ਉਹਨਾਂ ਦੇ ਨਾਲ ਇੱਕ ਲੰਬਾ ਸੀਰੀਅਲ ਮੈਂ ਕੀਤਾ ਸੀ ਹੱਸਣਾ ਮਤ, ਹੈ ਨਾ, ਤੇ ਉਹ ਉਹਨਾਂ ਦੇ ਨਾਲ ਵੀ ਕੰਮ ਕਰਕੇ ਬਹੁਤ ਮਜ਼ਾ ਆਇਆ। ਮੈਂ ਤੁਹਾਨੂੰ ਦੱਸਿਆ ਨਾ, ਜਿੰਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ, ਮੈਂ ਤੁਹਾਨੂੰ ਇੱਕੋ ਗੱਲ ਦੱਸਦੀ ਸਾਰੀ ਗੱਲਾਂ ਤੋਂ, ਭਰਿਆ ਹੋਇਆ ਭਾਂਡਾ ਜ਼ਿਆਦਾ ਨਹੀਂ ਆਵਾਜ਼ ਕਰਦਾ, ਖਾਲੀ ਭਾਂਡਾ ਜ਼ਿਆਦਾ ਆਵਾਜ਼ ਕਰਦਾ। ਹਾਂ, ਬਸ ਇਹ ਇਹਦੇ ਵਿੱਚ ਹੀ ਸਾਰਾ ਸਾਰ ਆ ਜਾਂਦਾ ਕਿ ਪੁਰਾਣੇ ਲੋਕਾਂ ਵਿੱਚ ਤੇ ਅੱਜ ਦੇ ਲੋਕਾਂ ਵਿੱਚ ਕਿੰਨਾ ਫਰਕ ਹੈਗਾ, ਕੰਮ ਕਰਨ ਦਾ ਸਟਾਈਲ ਔਰ ਮਤਲਬ ਹਰ ਚੀਜ਼ ਦਾ ਡੈਡੀਕੇਸ਼ਨ। ਤੇ ਇੱਦਾਂ ਕਿ ਜਦੋਂ ਤੁਸੀਂ ਇੱਕ ਚੀਜ਼ ਤੇ ਸਮਰਪਿਤ ਕਰ ਦਿੱਤਾ ਆਪਣੇ ਆਪ ਨੂੰ, ਤੇ ਪੂਰੀ ਤਰ੍ਹਾਂ ਚੌਂਕ ਦਿਓ ਆਪਣੇ ਆਪ ਨੂੰ ਨਾ ਉਹਦੇ ਉਸੇ ਕੰਮ ਵਿੱਚ, ਫਿਰ ਤੁਸੀਂ ਜ਼ਿੰਦਗੀ 'ਚ ਅੱਗੇ ਵੱਧ ਸਕਦੇ ਹੋ, ਤੁਸੀਂ ਲੰਬਾ ਚੱਲ ਸਕਦੇ ਹੋ। ਹੁਣ ਅੱਜ ਬੈਠੇ ਘਰ ਹੀ ਕੌਲ ਆਉਂਦੇ ਨੇ, ਮੈਂ ਕਿਤੇ ਸਟਰਗਲ ਥੋੜੀ ਕਰਨ ਜਾਂਦੀ ਹਾਂ, ਇੱਕ ਮੇਰਾ ਕੰਮ ਬੰਦ ਹੁੰਦਾ, ਦੂਸਰਾ ਮੇਰੇ ਪਰਮਾਤਮਾ ਦੀ ਕਿਰਪਾ ਨਾਲ ਅੱਗੇ ਸਾਹਮਣੇ ਖੜਾ ਹੁੰਦਾ। ਬਿਕੋਜ਼ ਆਫ ਮੇਰੀ ਨੇਚਰ ਅੱਛੀ ਹੋਏਗੀ, ਥੋੜੀ ਬਹੁਤੀ ਮੈਂ ਕੁਛ ਕੰਮ ਕਰ ਲੈਂਦੀ ਹੋਊਗੀ ਜਾਂ ਕੁਛ ਵੀ ਜਰੋ, ਹੈ ਨਾ ਮੇਰਾ। ਤੇ ਇਸ ਕਰਕੇ ਜੇ ਤੁਸੀਂ ਲੰਬਾ ਚੱਲਣਾ, ਨਹੀਂ ਤਾਂ ਮੇਰੇ ਨਾਲ ਜਿਨ੍ਹਾਂ ਨੇ ਸ਼ੁਰੂ ਕੀਤਾ ਸੀ ਅੱਜ ਉਹ ਹੈ ਹੀ ਨਹੀਂ ਕਿਤੇ। ਮੈਨੂੰ ਨਾਮ ਵੀ ਹੈਗੇ, ਪਰ ਆਪਾਂ ਕਿਉਂ ਲੈਣਾ, ਸਤਿਕਾਰਯੋਗ ਨੇ ਮੈਡਮ। ਪਰਫੈਕਟ ਐਗਜ਼ਾਮਪਲ ਅਕਸ਼ੇ ਕੁਮਾਰ, ਅਕਸ਼ੇ ਭਾਜੀ ਦੀ ਪਰਫੈਕਟ। ਉਹ ਕਹਿੰਦੇ ਕਿ ਮੈਂ ਇਹ ਨਹੀਂ ਦੇਖਦਾ ਕਿ ਯਾਰ ਮੇਰੀ ਇੱਕ ਫਿਲਮ ਖਤਮ ਹੋਈ, ਮੈਂ ਕੋਸ਼ਿਸ਼ ਕਰਦਾ ਕਿ ਉਹਦੀ ਸ਼ੂਟ ਕਰਨ ਤੋਂ ਪਹਿਲਾਂ ਮੈਨੂੰ ਇੱਕ ਦੋ ਪ੍ਰੋਜੈਕਟ ਮਿਲ ਜਾਣ, ਉੱਥੇ ਫਿਰ ਮੈਂ ਪੈਸੇ ਨਹੀਂ ਦੇਖਦਾ ਕਿ ਯਾਰ ਇਹਨੇ ਮੈਨੂੰ ਇੰਨਾ ਘੱਟ ਦਿੱਤਾ। ਬੰਦਾ ਕਿ ਯਾਰ ਤੂੰ ਉਹਦਾ ਵੀ ਕਰੋ, ਉਹਦਾ ਵੀ ਕਰੋ, ਤੁਸੀਂ ਕੰਮ 'ਚ ਬਿਜ਼ੀ ਰਹੋ, ਚੱਲਦੇ ਰਹੋ ਚੱਲਦੇ ਰਹੋ, ਕੋਈ ਗੱਲ ਨਹੀਂ, ਜਦੋਂ ਆਰਾਮ ਕਰਨਾ ਆਰਾਮ ਵੀ ਕਰ ਲਓ। ਪਰ ਕਹਿੰਦੇ ਕਿ ਆਪਦੇ ਆਪ ਨੂੰ ਇੰਨਾ ਢਾਲੋ ਕਿ ਕੋਈ ਛੋਟਾ ਪ੍ਰੋਡਿਊਸਰ ਵੀ ਜੇ ਕੰਮ ਕਰੇ ਜਾਂ ਡਾਇਰੈਕਟਰ ਹੋਵੇ ਤਾਂ ਬਜਟ ਛੋਟਾ, ਤਾਂ ਉਹਨੂੰ ਐਂ ਨਾ ਮਹਿਸੂਸ ਹੋਵੇ ਯਾਰ ਉਹਨੂੰ ਨਿਕਾਲ। ਕਹਿੰਦਾ ਤੁਹਾਡਾ ਕੰਮ ਚੱਲੀ ਜਾਂਦਾ, ਅਗਲੇ ਦਾ ਕੰਮ ਸਰ ਜਾਂਦਾ, ਤੇ ਅਗਲਾ ਯਾਦ ਰੱਖਦਾ ਤੁਹਾਨੂੰ ਨੈਕਸਟ ਪ੍ਰੋਜੈਕਟ ਦੇ ਵਿੱਚ ਵੀ। ਠੀਕ ਹੈ ਨਾ? ਬਿਲਕੁਲ ਬਿਲਕੁਲ ਬਿਲਕੁਲ, ਇਹ ਗੱਲ ਬਹੁਤ ਵਧੀਆ ਤੁਸੀਂ ਕਹੀ ਜਿਹੜੀ ਅਕਸ਼ੇ ਜੀ ਦਾ। ਤਾਂ ਹੀ ਉਹ ਦੇਖੋ ਨਾ, ਜਦੋਂ ਉਹ ਵੀ ਉਹਨਾਂ ਨੇ ਵੀ ਇੱਕ ਇੰਟਰਵਿਊ 'ਚ ਕਿਹਾ ਸੀ, ਕਹਿੰਦੇ ਜਬ ਮੈਂ ਫ੍ਰੀ ਹੋਤਾ ਹੂੰ ਬਾਈ ਚਾਂਸ ਮੈਂ ਤੋ ਮੈਂ ਆਪਣੇ ਉੱਪਰ ਵਰਕਆਊਟ ਕਰਤਾ। ਤਾਂ ਦੇਖੋ ਕਿੰਨੇ ਫਿੱਟ ਰਹੇ ਹੋ। ਹਾਂ, ਤੇ ਇਸ ਕਰਕੇ ਉਹ ਉਹਨਾਂ ਦੀ ਜਿਹੜਾ ਐਕਸਪੀਰੀਅੰਸ ਹੈ ਉਹ ਜਿੱਦਾਂ ਉਹਨਾਂ ਨੇ ਸ਼ੇਅਰ ਕੀਤਾ, ਮੈਂ ਉਸ ਤਰੀਕੇ ਨਾਲ ਹੀ ਵੀ ਕਹਿ ਰਹੀ, ਮੈਂ ਉਸ ਲੈਵਲ ਤੇ ਨਹੀਂ ਹੈਗੀ, ਮੈਂ ਤਾਂ ਬਹੁਤ ਛੋਟੀ ਜਿਹੀ ਆਰਟਿਸਟ ਹੈਗੀ ਆ, ਮੈਂ ਸਮਝਦੀ ਨਹੀਂ ਨਹੀਂ ਵੈਸੇ ਮੈਂ ਗੱਲ ਕਰ ਰਹੀ ਹਾਂ, ਪਰ ਇਹ ਵੇ ਕਿ ਜੇ ਤੁਸੀਂ, ਹਾਂ ਜੇ ਤੁਸੀਂ ਕੰਮ ਕਰਨੇ ਜਾਂ ਤੁਸੀਂ ਕੰਮ ਕਰੋ, ਤੁਹਾਨੂੰ ਰੋਲ ਅੱਛੇ ਮਿਲ ਰਹੇ ਤੇ ਕਿਤੇ ਪੈਸੇ ਨਾਲ ਤੁਸੀਂ ਕੰਪਰੋਮਾਈਜ਼ ਕਰ ਲਓ, ਕੋਈ ਗੱਲ ਨਹੀਂ, ਹੈ ਨਾ, ਕਿਉਂਕਿ ਜੋ ਦਿਖਦਾ ਹੈ ਉਹ ਬਿਕਦਾ ਹੈ। ਜਿੰਨਾ ਚਿਰ ਚੱਲਦੇ ਰਹੋਗੇ ਤਾਂ ਗੱਡੀ ਚੱਲਦੀ ਹੈ, ਨਹੀਂ ਤਾਂ ਜੁਗਾੜ ਲੱਗਣਾ ਸ਼ੁਰੂ ਹੋ ਜਾਂਦਾ ਹੈ ਨਾ। ਧਰਮ ਜੀ ਆਮ ਗੱਲ ਕਰਦੇ ਹਨ, ਚੱਲਦੇ ਰਹੋਗੇ ਤਾਂ ਲੋਕ ਆਪਕੋ ਪੁੱਛਦੇ ਰਹੋਗੇ, ਇੱਕ ਜਗ੍ਹਾ ਟਿਕ ਜਾਓਗੇ ਤਾਂ ਪਾਣੀ ਦੇ ਵਿੱਚ ਵੀ ਕਹਿੰਦੇ ਹੁੰਦੇ ਸਮੈਲ ਆਉਣ ਲੱਗ ਜਾਂਦੀ ਹੈ। ਮੈਡਮ, ਆ ਜਿਹੜੀਆਂ ਅੱਜ ਕੱਲ੍ਹ ਵੈਬ ਸੀਰੀਜ਼ ਬਣ ਰਹੀਆਂ ਹਨ, ਰਾਈਟ, ਅਤੇ ਮਾੜਾ ਜਿਹਾ ਸਾਨੂੰ ਚਾਨਣਾ ਪਾ ਦਿਓ ਕਿ ਇਹ ਇਹਨਾਂ ਦੇ ਵਿੱਚ ਅਤੇ ਰੈਗੂਲਰ ਜਿਹੜੇ ਸੀਰੀਅਲ ਬਣ ਰਹੇ, ਇਹਨਾਂ ਵਿੱਚ ਫਰਕ ਕੀ ਹੁੰਦਾ? ਵੈਬ ਸੀਰੀਜ਼ ਦਾ ਜਿਹੜਾ ਓਟੀਟੀ ਦਾ ਆਇਆ ਜਿਹੜਾ ਹੁਣ ਚੱਲਣ ਚੱਲ ਰਿਹਾ ਵੇ, ਬਹੁਤ ਵਧੀਆ ਉਹ ਵੀ ਹੈਗਾ ਹੈ। ਔਰ ਦੂਰਦਰਸ਼ਨ ਦੇ ਨਾਲ ਇਹ ਹੁੰਦਾ, ਅੱਜ ਕੱਲ੍ਹ ਮੋਬਾਈਲ ਸਭ ਦੇ ਹੱਥ ਵਿੱਚ ਹੁੰਦੇ ਹੈ ਨਾ, ਉਹ ਜ਼ਿਆਦਾ ਤੋਂ ਜ਼ਿਆਦਾ ਲੋਕ ਦੇਖ ਸਕਦੇ ਕਿਤੇ ਵੀ ਬੈਠ। ਮੈਂ ਤਾਂ ਪੁੱਛਿਆ ਕਿ ਮੰਨ ਲਓ ਹੁਣ ਤੁਸੀਂ ਟੀਵੀ ਵੀ ਕਰ ਰਹੇ ਹੋ ਨਾਲ ਨਾਲ, ਉਹ ਹਰ ਚੀਜ਼ ਵੈਬ ਤੇ ਤਾਂ ਪੈ ਰਹੀ ਹੈ,
ਠੀਕ ਹੈ, ਨਾ ਪਾਉਂਗੇ ਤਾਂ ਲੋਕਾਂ ਨੇ ਕਾਪੀ ਕਰ ਕਰਕੇ ਪਾ ਦੇਣਾ ਆਪਦੀ ਧੰਦੇ ਚਲਾਉਣ ਵਾਸਤੇ, ਤੇ ਫਿਰ ਉਹਦਾ ਤੇ ਇਹਨਾਂ ਦਾ ਫਰਕ ਕੀ ਰਹਿ ਗਿਆ? ਜਸਟ ਫੋਰ ਮਾਈ ਨੌਲੇਜ, ਮੇਰੇ ਵਰਗੇ ਹੋਰ ਬਥੇਰੇ ਜਿਹਨਾਂ ਨੂੰ ਪਤਾ ਨਹੀਂ, ਕਿਉਂਕਿ ਦੇਖੋ ਅਸੀਂ ਮੈਂ ਵੀ ਕੱਲ ਨੂੰ ਵੈਬ ਸੀਰੀਜ਼ ਕਰ ਸਕਦੀ, ਹਾਲੇ ਤਾਂ ਮੇਰੇ ਦੂਰਦਰਸ਼ਨ ਤੇ ਆਪਣੇ ਚੈਨਲ ਅਲੱਗ ਅਲੱਗ ਚੈਨਲ ਤੇ ਸੀਰੀਅਲ ਚੱਲ ਰਹੇ ਤੇ ਮੈਂ ਹਾਲੇ ਤੱਕ ਵੈਬ ਸੀਰੀਜ਼ ਕੋਈ ਕੀਤੀ ਨੀ, ਮੈਂ ਤੁਹਾਡੇ ਨਾਲ ਕਰਕੇ ਆਈ ਦੇਵੀ ਤੁਹਾਡੇ ਨਾਲ ਵੈਬ ਸੀਰੀਜ਼ ਕੀਤੀ, ਇੱਥੇ ਇੱਕ ਦੋ ਕੀਤੀਆਂ ਤੇ ਬਾਕੀ ਮੈਨੂੰ ਤਾਂ ਦੋਨਾਂ ਦਾ ਹੀ ਐਕਸਪੀਰੀਅੰਸ ਬਹੁਤ ਵਧੀਆ ਰਿਹਾ। ਮੈਂ ਕੁਛ ਉਹ ਕਿ ਓ ਟੀ ਟੀ ਪਲੇਟਫਾਰਮ ਤੇ ਵੀ ਤੁਸੀਂ ਜ਼ਿਆਦਾ ਦੇਖ ਜਾਂਦੇ ਹੋ, ਰੋਜ਼ ਤੁਸੀਂ ਕਿਤੇ ਵੀ ਬੈਠ ਕੇ ਬੰਦਾ ਦੇਖ ਸਕਦਾ ਔਰ ਬਹੁਤ ਅੱਛੀਆਂ ਅੱਛੇ ਸਬਜੈਕਟ ਲੈ ਕੇ ਚੱਲ ਰਹੇ ਕਰ ਰਹੇ ਨੇ ਸਾਰੇ ਪ੍ਰੋਡਿਊਸਰ ਡਾਇਰੈਕਟਰ ਜਿਹੜੇ ਓ ਟੀ ਟੀ ਪਲੇਟਫਾਰਮ ਤੇ, ਬਹੁਤ ਵਧੀਆ ਕੰਮ ਚੱਲ ਰਿਹਾ ਉਹ ਵਾਲਾ। ਔਰ ਆਪਣਾ ਨੈਸ਼ਨਲ ਚੈਨਲ ਜਿਹੜੇ ਆਪਣੇ ਦੂਸਰੇ ਚੈਨਲ ਹੈਗੇ ਨੇ ਉਹਨਾਂ ਦਾ ਵੀ ਬਹੁਤ ਵਧੀਆ ਚੱਲ ਰਿਹਾ, ਇਹਦੇ ਚ ਮੈਨੂੰ ਕੋਈ ਫਰਕ ਨੀ, ਆਪਾਂ ਕੰਮ ਕਰਕੇ ਨਿਕਲ ਆਈਦਾ ਅਸੀਂ, ਸਾਨੂੰ ਮੈਨੂੰ ਤਾਂ ਉਹਦੇ ਵੀ ਕੰਮ ਕਰਕੇ ਵਧੀਆ ਲੱਗਦਾ, ਉਹਦੇ ਚ ਮੈਂ ਸਟੇਜ ਤੇ ਕੰਮ ਕਰਕੇ ਵਧੀਆ ਲੱਗਦਾ। ਦੂਰਦਰਸ਼ਨ ਦਾ ਅੱਜ ਕੱਲ ਦੂਰਦਰਸ਼ਨ ਉੱਤੇ ਵੀ ਬਹੁਤ ਘੱਟ ਹੋ ਗਏ ਸੀਰੀਅਲ, ਪਰ ਮੈਨੂੰ ਉੱਥੇ ਵੀ ਮੌਕਾ ਮਿਲੇ ਕੰਮ ਕਰਨ ਦਾ ਤਾਂ ਮੈਂ ਉੱਥੇ ਵੀ, ਮੈਨੂੰ ਕੋਈ ਮੈਨੂੰ ਕੰਮ ਦੇ ਨਾਲ ਮਤਲਬ ਹੁੰਦਾ, ਮੈਂ ਬਾਕੀ ਚੀਜ਼ਾਂ ਵੱਲ ਬਹੁਤ ਜ਼ਿਆਦਾ ਧਿਆਨ ਨਹੀਂ ਦਿੰਦੀ। ਤੇ ਤੁਹਾਡੀ ਜਿਹੜੀ ਪੰਜਾਬੀ ਫਿਲਮਾਂ ਦੇ ਵਿੱਚ ਨੈਕਸਟ ਕਮਿੰਗ ਪ੍ਰੋਜੈਕਟ ਬਾਰੇ ਦੱਸੋ, ਕੋਈ ਪੰਜਾਬੀ ਫਿਲਮਾਂ ਜਿਹੜੀਆਂ ਆ ਰਹੀਆਂ ਇੱਕ ਅੱਧੀ ਉਹਦੇ ਬਾਰੇ ਥੋੜਾ ਚਾਨਣਾ ਪਾਓ। ਮੈਂ ਨਹੀਂ ਕਹਿੰਦਾ ਸਕ੍ਰਿਪਟ ਦੱਸੋ, ਉਦਾਂ ਕਹਿ ਰਹੇ ਵੀ ਕਿੱਦਾਂ ਦਾ ਐਕਸਪੀਰੀਅੰਸ ਚੱਲ ਰਿਹਾ, ਕਿਉਂਕਿ ਪਿੱਛੇ ਜੇ ਤੁਸੀਂ ਕਾਫੀ ਅਰਸੇ ਬਾਅਦ ਪੰਜਾਬ ਗਏ ਸੀਗੇ, ਜਦੋਂ ਅਸੀਂ ਕੰਮ ਕੀਤਾ ਜੱਟੀ 15 ਰਬਿਆਉਲੀ ਤੋਂ ਬਾਅਦ ਤੁਸੀਂ ਹੁਣ ਗਏ ਸੀਗੇ। ਹਾਂ ਬਹੁਤ, ਮੈਂ ਕਾਫੀ ਸਾਰਾ ਇੱਥੇ ਵੀ ਕੰਮ, ਮੇਰਾ ਮਨ ਸੀ ਮੈਂ ਆਪਣੀ ਭਾਸ਼ਾ ਦੇ ਵਿੱਚ ਪੰਜਾਬੀ ਫਿਲਮਾਂ 'ਚ ਕੰਮ ਕਰਾਂ, ਇਸ ਕਰਕੇ ਫਿਰ ਮੈਂ 5-6 ਫਿਲਮਾਂ ਦੇਵੀ ਜੀ ਦੇ ਨਾਲ ਕੀਤੀਆਂ। ਹੁਣ ਮੇਰੀ ਹਸਰਤ ਆ ਰਹੀ ਹੈ, ਟੀਕੂ ਕੀ ਦੁਲਾਨੀਆ ਆ ਰਹੀ ਹੈ, ਉਹ ਵੈਬ ਸੀਰੀਜ਼ ਹੈ, ਹਸਰਤ ਆ ਰਹੀ ਹੈ ਇੱਕ ਪੰਜਾਬੀ ਫਿਲਮ, ਔਰ ਨੈਕਸਟ ਮੰਥ ਵਾਪਸ ਇੱਕ ਹੋਰ ਪ੍ਰੋਜੈਕਟ ਹੈਗਾ, ਇੱਕ ਹੋਰ ਦੂਸਰੇ ਡਾਇਰੈਕਟਰ ਹੈਗੇ ਨੇ ਉਹਨਾਂ ਦੇ ਨਾਲ ਵੀ ਮੇਰਾ ਇੱਕ ਦੋ ਫਿਲਮਾਂ ਮੈਂ ਉਹਨਾਂ ਦੇ ਨਾਲ ਵੀ ਕਰੂੰਗੀ। ਸ਼ਕਤੀ ਰਾਜਪੂਤ ਜੀ ਨਾਲ ਮੈਂ ਕੀਤੀ ਸੀ ਉਹ ਪੱਲਾ ਸਾਰੇ ਦੂਰਦਰਸ਼ਨ ਤੇ ਕੰਮ ਕੀਤੇ ਹੋਏ ਉਹਨਾਂ ਨੇ ਸਾਰਿਆਂ ਨੇ, ਸਾਰੇ ਪਹਿਚਾਣ ਦੇ, ਜਦੋਂ ਪਹਿਲੀ ਫਿਲਮ ਕਰਨ ਗਈ ਸੀ ਸਾਰੇ ਬੋਲੇ ਅਰੇ ਦੂਰਦਰਸ਼ਨ ਵਾਲੇ ਹੀ ਹੈ, ਤਾਂ ਦੂਰਦਰਸ਼ਨ ਵਾਲੇ ਪੰਜਾਬੀ ਫਿਲਮ ਪਹਿਲੀ ਨਹੀਂ ਸੀ, ਪਹਿਲਾਂ ਵੀ ਮੈਂ ਕਰ ਚੁੱਕੀ ਸੀ, ਪਰ ਇਹ ਵਾਪਸ ਜਿਹੜਾ ਮੇਰੀ ਐਂਟਰੀ ਹੋਈ ਮੈਨੂੰ ਬਹੁਤ ਅੱਛਾ ਬੰਬੇ ਫੋਨ ਆ ਕਹਿੰਦਾ ਫਲਾਈਟ ਚ ਬੈਠੀ ਉਧਰ ਚਲੇ ਜਾਈਦਾ, ਕੰਮ ਮਿਲਣਾ ਚਾਹੀਦਾ, ਉਹ ਵੀ ਖਿੱਚੀ ਹੁੰਦੇ ਜਿੱਥੋਂ ਕੰਮ ਹਨਾ, ਦੇਖੋ ਫਿੱਟ ਵੀ ਹੋ ਜਾਂਦੇ। ਛੋਟਾ ਪਰਦਾ ਵੱਡਾ ਪਰਦਾ ਮੇਰੇ ਵਾਸਤੇ, ਛੋਟਾ ਕੈਮਰਾ ਮਤਲਬ ਪਰਦਾ ਵੱਡਾ ਪਰਦਾ ਮੇਰੇ ਵਾਸਤੇ ਕੋਈ ਡਜ਼ਨਟ ਮੈਟਰ, ਮੈਨੂੰ ਮਤਲਬ ਮੇਰੇ ਸਾਹਮਣੇ ਕੈਮਰਾ ਹੋਣਾ ਚਾਹੀਦਾ, ਮੈਨੂੰ ਕੰਮ ਚਾਹੀਦਾ, ਬਸ ਮੈਂ ਇਸ ਤਰੀਕੇ ਨਾਲ ਕੰਮ ਕਰਦੀ। ਮੈਨੂੰ ਬਹੁਤ, ਹਾਂ ਮੈਂ ਪੰਜਾਬੀ ਫਿਲਮਾਂ ਵੀ ਕਰੂੰਗੀ, ਬਾਕੀ ਮੇਰੇ ਸੀਰੀਅਲ ਤੇ ਚੱਲ ਹੀ ਰਹੇ ਤੇ ਕੰਟੀਨਿਊ ਚੱਲਦੇ ਹੀ ਰਹਿਣਗੇ, ਸਾਨੂੰ ਪਸੰਦ ਕਰ ਰਹੇ ਹੋ ਤਾਂ ਤੁਸੀਂ ਸਾਨੂੰ ਪਸੰਦ ਕਰਦੇ ਰਹੋ, ਅਸੀਂ ਤੁਹਾਡਾ ਐਂਟਰਟੇਨਮੈਂਟ ਕਰਦੇ ਰਹੀਏ ਹਰ ਜਗ੍ਹਾ ਤੇ, ਹਰ ਸ਼ਹਿਰ ਚ ਅਸੀਂ ਦਿਸੀਏ ਤੁਹਾਨੂੰ, ਤੇ ਅਸੀਂ ਤੁਹਾਡਾ ਐਂਟਰਟੇਨਮੈਂਟ ਕਰਦੇ ਰਹੀਏ, ਤੁਸੀਂ ਸਾਨੂੰ ਏਦਾਂ ਹੀ ਪਿਆਰ, ਏਦਾਂ ਹੀ ਆਸ਼ੀਰਵਾਦ, ਬਲੈਸਿੰਗ ਪਰਮਾਤਮਾ ਵੱਲੋਂ ਜੋ ਹੈ ਸਾਨੂੰ ਦਿੰਦੇ ਰਹੋ, ਅਸੀਂ ਤੁਹਾਨੂੰ ਦਿੰਦੇ ਰਹੀਏ, ਅਸੀਂ ਤੁਹਾਡਾ ਐਂਟਰਟੇਨਮੈਂਟ ਕਰੀਏ ਔਰ ਤੁਸੀਂ ਸਾਨੂੰ ਪਸੰਦ ਕਰੋ।
ਬਿਲਕੁਲ ਜੀ ਬਿਲਕੁਲ, ਸਾਡੇ ਵੱਲੋਂ ਵੀ ਸ਼ੁਭਕਾਮਨਾਵਾਂ, ਮੈਸੇਜਿਸ ਆ ਰਹੇ ਕਈ ਪਰ ਵਕਤ ਇਜਾਜ਼ਤ ਨਹੀਂ ਦੇ ਰਿਹਾ ਮੈਡਮ। ਸਾਡੇ ਵੱਲੋਂ ਸ਼ੁਭਕਾਮਨਾਵਾਂ, ਤੁਸੀਂ ਇੱਦਾਂ ਹੀ ਚੱਲਦੇ ਰਹੋ, ਪੰਜਾਬੀ ਫਿਲਮਾਂ ਨਾਲ ਕਰਦੇ ਰਹੋ, ਪੰਜਾਬੀ ਸੀਰੀਅਲ ਵੀ ਕਰਦੇ ਰਹੋ ਅਤੇ ਹਿੰਦੀ 'ਚ ਤਾਂ ਕਰਨਾ ਹੀ ਕਰਨਾ ਹੈ, ਅਤੇ ਮਿਲਦੇ ਹਾਂ ਬਹੁਤ ਛੇਤੀ ਮੈਡਮ ਕਿਸੇ ਪ੍ਰੋਜੈਕਟ ਵਾਸਤੇ। ਆਪਦਾ ਪੂਰਾ ਖਿਆਲ ਰੱਖਣਾ, ਅੱਜ ਤੁਸੀਂ ਸਾਡੇ ਲਈ ਟਾਈਮ ਕੱਢਿਆ, ਤੁਹਾਡਾ ਥੈਂਕ ਯੂ ਸੋ ਮਚ। ਮੈਨੀ ਹੈਪੀ ਰਿਟਰਨਸ ਆਫ ਦਾ ਡੇ, ਅੱਜ ਤੁਹਾਡਾ ਬਰਥਡੇ ਹੈਗਾ। ਸਤਿ ਸ਼੍ਰੀ ਅਕਾਲ, ਧੰਨਵਾਦ ਤੁਹਾਡਾ, ਪਰਮਾਤਮਾ ਕਰੇ। ਹਾਂਜੀ, ਤੁਹਾਡਾ ਵੱਡਿਆਂ ਦਾ ਆਸ਼ੀਰਵਾਦ ਚਾਹੀਦਾ ਜੀ ਮੈਡਮ। ਥੈਂਕ ਯੂ ਜੀ। ਦਰਸ਼ਕ ਇਹ ਸਨ ਸੁਸ਼ਮਾ ਪ੍ਰਸ਼ਾਂਤ ਦੇਸ਼ਪਾਂਡੇ, ਆਪਦੇ ਰੁਝੇਵਿਆਂ 'ਚ ਉਹਨਾਂ ਨੇ ਸਾਡੇ ਲਈ ਟਾਈਮ ਕੱਢਿਆ, ਅਸੀਂ ਸ਼ੁਕਰਗੁਜ਼ਾਰ ਹਾਂ ਉਹਨਾਂ ਦੇ। ਬਹੁਤ ਵੱਡੀ ਮੱਲ ਮਾਰੀ ਇਹਨਾਂ ਨੇ, ਲੰਮੇ ਸੀਰੀਅਲ, ਵੱਡੀਆਂ ਫਿਲਮਾਂ, ਹੁਣ ਪੰਜਾਬੀ ਵੱਲ ਵੀ ਧਿਆਨ ਕਾਫੀ ਦੇ ਰਹੇ ਨੇ। ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ, ਕੁਛ ਸਿੱਖਣ ਨੂੰ ਮਿਲਦਾ। ਨਿਊ ਕਾਮਰਸ ਨੂੰ ਜ਼ਰੂਰ ਸਿੱਖਿਓ ਅੱਜ ਦਾ ਪ੍ਰੋਗਰਾਮ ਕਿੱਦਾਂ ਦਾ ਰਿਹਾ, ਸਾਨੂੰ ਵੇਟ ਰਹੂਗੀ ਟਿੱਪਣੀਆਂ ਦਾ। ਆਪਦਾ ਪੂਰਾ ਖਿਆਲ ਰੱਖਣਾ, ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।